ਫਤਿਹ ਦਾ ਜਵਾਬ ਦਿਓ ਫਤਿਹ ਵਿੱਚ ਸਾਰੇ ਆਉਂਦਾ ਹੈ ਆਨੰਦ ਸੁਖੀ ਰਹਿੰਦੀ ਆਤਮਾ ਮੇਰਾ ਪਰੇ ਹੱਥ ਰਹਿਣ ਸਾਰਿਆਂ ਦੇ ਉੱਤੇ ਤੈਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਇਹਨਾਂ ਕੇ ਸ਼ਹੀਦੋਂ ਕੇ ਚਿਤਾਓ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਸੋ ਦੋਸਤੋ ਅੱਜ ਇੱਥੇ ਆਪਾਂ ਬਾਈ ਮੀਤ ਮਲਕੀਤ ਅਤੇ ਕਵੀਰਾਜ ਜਿਹੜੇ ਕਿ ਬਹੁਤ ਹੀ ਮਸ਼ਹੂਰ ਉਹਨਾਂ ਦੇ ਸੱਦੇ ਦੇ ਉੱਤੇ ਆਪਾਂ ਚੱਲ ਕੇ ਪਹੁੰਚੇ ਹਾਂ ਇਹਨਾਂ ਨੇ ਪੰਜਾਬੀ ਫਿਲਮ ਬਣਾਈ ਆ ਸਰਾਭਾ ਸਰਾਭੇ ਦੇ ਨਾਂ ਤੋਂ ਤੁਸੀਂ ਸਾਰੇ ਭਲੀ ਭਾਂਤ ਜਾਣੋ ਕਿ ਗਦਰ ਲਹਿਰ ਦੇ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸੀ ਉਹ ਅਤੇ 1896 ਦੇ ਵਿੱਚ ਉਹਨਾਂ ਦਾ ਜਿਹੜਾ ਜਨਮ ਸੀ ਉਹ ਸਰਾਭਾ ਪਿੰਡ ਦੇ ਵਿੱਚ ਹੋਇਆ ਜਿਹੜਾ ਕਿ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਆ ਭਾਈ ਬਿੰਦਰ ਸਰਾਭਾ ਬੈਠਾ ਮੇਰੇ ਮੂਹਰੇ ਉਹਨਾਂ ਦੇ ਪਿੰਡ ਤੋਂ ਅਤੇ 1912 ਦੇ ਵਿੱਚ ਉਹ ਪੜ੍ਹਨ ਵਾਸਤੇ ਅਮੈਰੀਕਾ ਆਏ ਅਤੇ ਇੱਥੇ ਆਣ ਕੇ ਉਹਨਾਂ ਸਮਿਆਂ ਦੇ ਵਿੱਚ ਜਹਾਜ਼ ਦੇ ਉੱਤੇ ਆਉਂਦੇ ਹੁੰਦੇ ਸੀ ਪਾਣੀ ਵਾਲੇ ਦੇ ਉੱਤੇ ਅਤੇ ਸਰਾਭੇ ਨੂੰ ਉਹਨਾਂ ਕਹਿੰਦੇ ਵੀ ਤੂੰ ਇੱਥੇ ਹੀ ਕਰਨਾ ਆ ਕਹਿੰਦਾ ਮੈਂ ਪੜ੍ਹਾਈ ਵਾਸਤੇ ਕਹਿੰਦਾ ਵੀ ਇੰਡੀਆ 'ਚ ਨਹੀਂ ਪੜ੍ਹਾਈ ਹੁੰਦੀ ਉਹ ਕਹਿੰਦਾ ਵੀ ਮੈਂ ਕੁਛ ਐਸਾ ਕਰਨਾ ਚਾਹੁੰਦਾ ਜਿਹਦੇ ਨਾਲ ਜਿਹੜਾ ਸੰਸਾਰ ਆ ਉਹ ਚੇਂਜ ਹੋ ਜਾਵੇ ਉਹ ਕਹਿੰਦਾ ਵੀ ਜੇ ਤੈਨੂੰ ਇੱਥੇ ਪੜ੍ਹਨ ਵਾਸਤੇ ਨਾ ਅਸੀਂ ਜਗ੍ਹਾ ਦੇਈਏ ਉਹ ਕਹਿੰਦਾ ਹੋ ਸਕਦਾ ਮੈਂ ਇੱਕ ਮਹਾਨ ਕਾਰਜ ਕਰਨ ਤੋਂ ਰਹਿ ਜਾਂ ਸੋ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹੀਆਂ ਉਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਅਤੇ ਉਹਨੂੰ ਮਜਬੂਰ ਉਹਨਾਂ ਨੂੰ ਇੱਥੇ ਰੱਖਣ ਵਾਸਤੇ ਮਜਬੂਰ ਹੋਣਾ ਪਿਆ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਗਦਰ ਲਹਿਰ ਜਿਹੜੀ ਸੀਗੀ ਉਹ ਚੱਲੀ ਅਤੇ 1913 ਤੋਂ ਗਦਰ ਦੀ ਗੂੰਜ ਜਿਹੜਾ ਅਖਬਾਰ ਸੀ ਉਹ ਪ੍ਰਕਾਸ਼ਿਤ ਹੋਣ ਲੱਗਿਆ ਅਤੇ ਅੱਜ ਵੀ ਜਿਹੜੀ ਉਹ ਮਸ਼ੀਨ ਆ ਜਿਹੜੀ ਪ੍ਰਿੰਟਿੰਗ ਪ੍ਰੈਸ ਸੀਗੀ ਹੱਥਾਂ ਨਾਲ ਚੱਲਦੀ ਹੁੰਦੀ ਸੀ ਉਦੋਂ ਕਹਿੰਦੇ ਸਾਰੀ ਦਿਹਾੜੀ ਦੇ ਨੇ ਕੰਮ ਧੰਦਾ ਵੀ ਕਰਨਾ ਉਹਨਾਂ ਨੇ ਪੜ੍ਹਨਾ ਵੀ ਅਤੇ ਰਾਤ ਨੂੰ ਜਾ ਕੇ ਜਿਹੜੇ ਅਖਬਾਰ ਸੀ ਉਹ ਛਾਪਣੇ ਹੱਥਾਂ ਦੇ ਨਾਲ ਮਿਹਨਤ ਕਰਨੀ ਅਤੇ ਜਦੋਂ ਕਹਿੰਦੇ ਉਹਨਾਂ ਨੇ ਥੱਕ ਜਾਣਾ ਅਤੇ ਫਿਰ ਉਹ ਗੀਤ ਗਾਉਂਦੇ ਹੁੰਦੇ ਸੀ ਸੇਵਾ ਦੇਸ਼ ਦੀ ਜਿੰਦੜਗੇ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਿਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਝੱਲੀਆਂ ਨੇ ਸੋ ਇੱਦਾਂ ਦੇ ਉਹਨਾਂ ਨੇ ਮਹਾਨ ਕਾਰਜ ਕੀਤੇ ਕਹਿੰਦੇ ਉਹਨਾਂ ਦੇ ਵਿੱਚ ਇੰਨੀ ਕੁ ਉਹਨਾਂ ਦੇ ਬੋਲਾਂ ਦੇ ਵਿੱਚ ਸ਼ਕਤੀ ਸੀ ਇੰਨਾ ਕੁ ਪ੍ਰਭਾਵ ਦਿੰਦੇ ਸੀ ਉਹ ਹਰ ਇੱਕ ਬੰਦੇ ਨੂੰ ਵੀ ਜੇ ਕਿਸੇ ਨਾਲ 2 ਮਿੰਟ ਵਾਸਤੇ ਗੱਲ ਕਰ ਲੈਂਦੇ ਸੀ ਤਾਂ ਉਹਨੂੰ ਮਜਬੂਰ ਕਰ ਦਿੰਦੇ ਸੀ ਵੀ ਉਹਨਾਂ ਦੇ ਪ੍ਰਭਾਵ ਹੇਠ ਆ ਜਾਂਦਾ ਸੀ ਸ਼ਾਇਦ ਇਸੇ ਕਰਕੇ ਜਦੋਂ ਗਦਰ ਇੰਡੀਆ ਦੇ ਵਿੱਚ ਹੋਣ ਦੀ ਤਿਆਰੀ ਸੀ ਤਾਂ ਫੌਜੀ ਬੈਰਕਾਂ ਦੇ ਵਿੱਚ ਜਾ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਫੌਜ ਦੇ ਜਵਾਨਾਂ ਨੂੰ ਸਮਝਾਇਆ ਦੱਸਿਆ ਉਹ ਸਾਰੇ ਜਣੇ ਉਹਨਾਂ ਦੇ ਨਾਲ ਹੋ ਤੁਰੇ ਅਤੇ ਉਹਨਾਂ ਸਮਿਆਂ 'ਚ ਇੱਥੇ ਵੀ ਜ਼ਿੰਦਗੀ ਕੋਈ ਸੌਖੀ ਨਹੀਂ ਸੀ ਜਿਹਨਾਂ ਸਮਿਆਂ ਦੇ ਵਿੱਚ ਉਹ ਇੱਥੇ ਰਹਿੰਦੇ ਸੀ ਉਦੋਂ ਨਾ ਤਾਂ ਇੰਨਾ ਕੋਈ ਟੈਲੀਫੋਨਾਂ ਦਾ ਹੀ ਸਾਰਾ ਚੱਕਰ ਹੁੰਦਾ ਸੀ ਕਿਹੜਾ ਹਰੇਕ ਦੇ ਫੋਨ ਦੇ ਵਿੱਚ ਸੈਲਰ ਫੋਨ ਪਾਏ ਹੁੰਦੇ ਸੀ ਲੋਕਾਂ ਦੇ ਨਾਲ ਕੰਟੈਕਟ ਕਰਨਾ ਉਹਨਾਂ ਨੂੰ ਗਦਰ ਲਹਿਰ ਬਾਰੇ ਦੱਸਣਾ ਹੱਥਾਂ ਦੇ ਨਾਲ ਵੀ ਕਹਿੰਦੇ ਪੇਪਰ ਪਹਿਲਾਂ ਉਹ ਲਿਖਦੇ ਰਹੇ ਆ ਵੀਕਲੀ ਜਦੋਂ ਕੱਢਦੇ ਹੁੰਦੇ ਸੀ ਸੋ ਉਹਨਾਂ ਨੇ ਬਹੁਤ ਮਹਾਨ ਕਾਰਜ ਕੀਤੇ ਆ ਅਤੇ ਉਹ ਸਾਰੇ ਕਾਸੇ ਦੇ ਉੱਤੇ ਕਵੀਰਾਜ ਹੋਰਾਂ ਨੇ ਅਤੇ ਬਾਈ ਜੀ ਮੀਤ ਮਲਕੀਤ ਹੋਰਾਂ ਨੇ ਇਹਨਾਂ ਨੇ ਜੋ ਫਿਲਮ ਇਹ ਸਰਾਭਾ ਬਣਾਈ ਹੈਗੀ ਆ ਮੈਂ ਆਸ ਕਰਦਾ ਹਾਂ ਵੀ ਜਿਸ ਤਰੀਕੇ ਦੀਆਂ ਕਹਾਣੀਆਂ ਆਪਾਂ ਸੁਣੀਆਂ ਉਹ ਕਾਫੀ ਜ਼ਿਆਦਾ ਉਹਨਾਂ ਚੀਜ਼ਾਂ ਦੇ ਨੇੜੇ ਹੋਊਗੀ ਅਤੇ ਅਸੀਂ ਇਹਨਾਂ ਨੂੰ ਜੇ ਇਤਿਹਾਸ ਦੀ ਗੱਲ ਕਰੀਏ ਆਪਾਂ ਤੇ ਇਤਿਹਾਸ ਹੁੰਦਾ ਕੀ ਹੈ ਇਤਿਹਾਸ ਹੁੰਦਾ ਸਾਡੀਆਂ ਜੜ੍ਹਾਂ ਸੋ ਆਪਣੀਆਂ ਜੜ੍ਹਾਂ ਦੇ ਕੋਲ ਜਾਣਾ ਹੀ ਪੈਂਦਾ ਤੇ ਕਰਤਾਰ ਸਿੰਘ ਸਰਾਭਾ ਇੱਕ ਛੋਟਾ ਜਿਹਾ ਨੌਜਵਾਨ 15-16 ਸਾਲ ਦੀ ਉਮਰ ਦਾ ਇੱਥੇ ਆਉਂਦਾ ਪੜ੍ਹਨ ਵਾਸਤੇ ਗੱਲ ਕਰੀਏ ਇਸ ਫਿਲਮ ਦੀ ਫਿਲਮ ਦੇ ਵਿੱਚ ਉਹ ਚੀਜ਼ਾਂ ਕਵੀ ਭਾਅ ਜੀ ਨੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਅਨਟੋਲਡ ਸਟੋਰੀ ਆ ਜੋ ਗੱਲਾਂ ਚੱਲਦੀਆਂ ਆਉਂਦੀਆਂ ਉਹ ਤਾਂ ਹੈ ਹੀ ਆ ਪਰ ਇਸ 'ਤੇ ਬਹੁਤ ਸਮਾਂ ਲੰਬਾ ਸਮਾਂ ਕਵੀ ਭਾਅ ਜੀ ਨੇ ਸਟੱਡੀ ਕੀਤੀ ਔਰ ਬਹੁਤ ਜ਼ਿਆਦਾ ਇਹਦੇ 'ਤੇ ਡੂੰਘਾਈ 'ਚ ਜਾ ਕੇ ਹਰ ਚੀਜ਼ ਨੂੰ ਜਿਹੜੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਦੱਬਿਆ ਪਿਆ ਸੀ ਸਾਡੇ ਸਰਾਭੇ ਦਾ ਇਤਿਹਾਸ ਉਹਨੂੰ ਬਾਹਰ ਲਿਆਂਦਾ ਔਰ ਫਿਲਮ ਨੂੰ ਦੇਖਣ ਦਾ ਇੱਕ ਨਜ਼ਰੀਆ ਇਹ ਆ ਕਿ ਫਿਲਮਾਂ ਦੇ ਜ਼ਰੀਏ ਸਾਨੂੰ ਸਾਡਾ ਜੇ ਇਤਿਹਾਸ ਸਾਡਾ ਪਿਛੋਕੜ ਕਿਉਂਕਿ ਜਦੋਂ ਅਸੀਂ ਪੜ੍ਹਦੇ ਹਾਂ ਉਹ ਪੜ੍ਹਨ ਨਾਲ ਚੀਜ਼ ਕੁਛ ਹੋਰ ਹੁੰਦੀ ਹੈ
ਜਦੋਂ ਅਸੀਂ ਦੇਖਦੇ ਹਾਂ ਦੇਖ ਕੇ ਸਾਨੂੰ ਸਮਝ ਜ਼ਿਆਦਾ ਆਉਂਦੀ ਆ ਉਹਦੀ ਇਤਿਹਾਸ ਦੀ ਅਤੇ ਇਤਿਹਾਸਿਕ ਚੀਜ਼ਾਂ ਨੂੰ ਪਹਿਲਾਂ ਇਹਨਾਂ ਨੇ ਭਾਅ ਜੀ ਨੇ ਫਿਲਮ ਬਣਾਈ ਸੀ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਸਾਡਾ ਆਖਰੀ ਜੋ ਰਾਜਾ ਹੋਇਆ ਉਸ ਦੇ ਉੱਤੇ ਫਿਲਮ ਸੀ ਬਲੈਕ ਪ੍ਰਿੰਸ ਔਰ ਭਾਅ ਜੀ ਦੀਆਂ 10 ਕੁ ਫਿਲਮਾਂ ਜਿਹੜੀਆਂ ਆ ਚੁੱਕੀਆਂ ਨੇ ਹੁਣ ਤੱਕ ਇਹਨਾਂ ਨੇ ਲਿਖੀਆਂ ਨੇ ਇਹਨਾਂ ਨੇ ਡਾਇਰੈਕਟ ਕੀਤੀਆਂ ਨੇ ਔਰ ਆਪ ਵੀ ਇਹ ਬਹੁਤ ਅੱਛੇ ਐਕਟਰ ਨੇ ਇਹਨਾਂ ਨੇ ਹੋਲੀਵੁੱਡ ਦੀਆਂ ਬਹੁਤ ਫਿਲਮਾਂ ਦੇ ਵਿੱਚ ਐਜ਼ ਏ ਐਕਟਰ ਵੀ ਕੰਮ ਕੀਤਾ ਹੈ ਜੀ ਸੋ ਇਸ ਤਰ੍ਹਾਂ ਕਾਫੀ ਲੰਬੀ ਹੈ ਅਤੇ ਬਾਕੀ ਤੁਹਾਡਾ ਸ਼ੁਕਰੀਆ ਅਸੀਂ ਤਾਂ ਸਿਰਫ ਅਵੇਅਰਨੈਸ ਲਿਆਉਣੀ ਚਾਹੁੰਦੇ ਹਾਂ ਕਿ ਸਾਡੇ ਇਤਿਹਾਸ ਦੀ ਫਿਲਮ ਆ ਅਤੇ ਵੱਧ ਚੜ੍ਹ ਕੇ ਤੁਸੀਂ ਸਾਰਿਆਂ ਨੂੰ ਸੁਨੇਹਾ ਦੇਣਾ ਆਪਣੀਆਂ ਫੈਮਿਲੀਆਂ ਦੇ ਸਮੇਤ ਇਸ ਫਿਲਮ ਨੂੰ ਦੇਖਣਾ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੀ ਅਗਲੀ ਜਨਰੇਸ਼ਨ ਨੂੰ ਸਾਰਿਆਂ ਨੂੰ ਸਾਡੇ ਇਤਿਹਾਸ ਦਾ ਪਤਾ ਲੱਗੇ ਕਿਉਂਕਿ ਸਾਡਾ ਇਤਿਹਾਸ ਬਹੁਤ ਗੌਰਵਮਈ ਇਤਿਹਾਸ ਹੈ ਇਹ ਫੋਕੀਆਂ ਫੜਾ ਨਹੀਂ ਆ ਜਾਨ ਦੇਣੀ ਕੋਈ ਸੌਖੀ ਗੱਲ ਨਹੀਂ ਹੁੰਦੀ ਔਰ ਉਹ ਵੀ ਆਪਣੇ ਵਤਨ ਵਾਸਤੇ ਆਪਣੀ ਕੌਮ ਵਾਸਤੇ ਔਰ ਸਾਡੇ ਛੋਟੇ ਜਿਹੇ ਸ਼ਹੀਦ ਨੇ ਛੋਟੇ ਜਿਹੇ ਬੱਚੇ ਨੇ ਆਪਣੀ ਕਿਵੇਂ ਸਭ ਕੁਝ ਉਸਨੂੰ ਕੁਛ ਹੋਰ ਦਿਸੇ ਹੀ ਉਹਨੂੰ ਇਹ ਸੀ ਕਿ ਮੈਂ ਆਪਣੇ ਦੇਸ਼ ਨੂੰ ਮੈਂ ਆਪਣੇ ਵਤਨ ਨੂੰ ਆਜ਼ਾਦ ਕਰਾਵਾਂ ਉਸ ਦੀ ਸ਼ਹਾਦਤ ਦਾ ਸਦਕਾ ਅੱਜ ਅਸੀਂ ਆਜ਼ਾਦ ਬੈਠੇ ਹਾਂ ਉਹ ਸ਼ਹੀਦ ਦੇ ਨਾਂ 'ਤੇ ਇੱਕ ਵਾਰੀ ਜ਼ਰੂਰ ਤਾੜੀ ਮੈਂ ਸਟੇਜ 'ਤੇ ਸਾਡਾ ਕਵਿਤਾ ਜੀ ਉਹ ਆਪਣੇ ਦੋ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਫਿਰ ਆਪਾਂ ਕੁਛ ਸਵਾਲ ਜਵਾਬ ਵੀ ਕਰਾਂਗੇ ਅਤੇ ਉਸ ਦੇ ਨਾਲ ਆਪਾਂ ਟ੍ਰੇਲਰ ਵੀ ਦੇਖਦੇ ਹਾਂ ਫਿਲਮ ਦਾ ਔਰ ਕੁਛ ਵਧੀਆ ਜਿਹੜੇ ਹੋਰ ਪੁਆਇੰਟਸ ਨੇ ਉਹ ਵੀ ਕਵਿਤਾ ਜੀ ਥੈਂਕ ਯੂ ਮੋਤੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜਿਨੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੇਖਣ 'ਚ ਲੱਗ ਰਿਹਾ ਕਿ ਸਿਰਫ ਫਿਜ਼ਲਾਂ ਦੀ ਕਰੀਮ ਨਹੀਂ ਯਾਨੀ ਕਿ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਦੀ ਕਰੀਮ ਬੈਠੀ ਹੋਈ ਇੱਥੇ ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਇਸ ਗੱਲ 'ਤੇ ਕਿ ਸਾਡੇ ਛੋਟੇ ਜਿਹੇ ਸਾਡੇ ਦਿਨ ਦੀ ਸਭ ਆਏ ਆਪਣਾ ਵੀਕ ਵੀ ਆਪਣਾ ਟਾਈਮ ਕੱਟ ਕੇ ਉਹ ਵੀ ਸੰਡੇ ਐਤਵਾਰ ਵਾਲੇ ਦਿਨ ਬੜਾ ਮੁਸ਼ਕਲ ਹੁੰਦਾ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਇਕੱਠ ਹੁੰਦਾ ਗੈਦਰਿੰਗ ਹੁੰਦੀ ਸੇਖ ਭਾਅ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਦਾ ਥੈਂਕ ਯੂ ਸੋ ਮੱਚ ਅਤੇ ਬੜਾ ਆਨਰ ਹੈ ਸਾਡੇ ਵਾਸਤੇ ਕਿ ਤੁਸੀਂ ਸਾਡੇ ਇਹ ਛੋਟਾ ਜਿਹਾ ਫਿਲਮ ਨੂੰ ਅਤੇ ਚਾਰ ਚੌਕੀਆਂ ਜਿਹੜੀਆਂ ਦਿਖਾਉਣੀਆਂ ਸੀ ਉਸ ਮੌਕੇ 'ਤੇ ਅਸੀਂ ਪਹੁੰਚੇ ਤੇ ਥੈਂਕ ਯੂ ਸੋ ਮੱਚ ਸ਼ੁਕਰੀਆ ਮੈਂ ਜ਼ਿਆਦਾ ਨਹੀਂ ਬੋਲਾਂਗਾ ਨੀਤਾ ਭਾਅ ਜੀ ਨੇ ਬਹੁਤ ਸੋਹਣਾ ਕਈ ਕੁਛ ਦੱਸਿਆ ਮੈਂ ਦੋ ਵੀਡੀਓ ਦਿਖਾਉਣੀਆਂ ਚਾਹੁੰਦਾ ਆਪਣੇ ਫੋਨ ਬੰਦ ਕਰ ਲਓ ਮੇਰੀ ਥੋੜ੍ਹੀ ਜਿਹੀ ਰਿਕੁਐਸਟ ਆ ਹਾਂ ਵੀਡੀਓ ਵੀ ਸਬਜੈਕਟ ਬਣਾ ਲਓ ਕਿ ਵੱਜਣ ਨਾ ਰਿੰਗ ਨਾ ਹੋਣ ਇਹ ਦੇਖਣ ਵਾਲੀਆਂ ਚੀਜ਼ਾਂ ਨੇ ਦੋ ਵੀਡੀਓ 4 5 ਮਿੰਟ ਦੀ 3 ਮਿੰਟ ਦੀ ਪਲੀਜ਼ ਇਹ ਦੇਖਣਾ ਉਸ ਤੋਂ ਬਾਅਦ ਆਪਾਂ ਕੁਐਸਚਨ ਆਨਸਰ ਸਵਾਲ ਤੁਹਾਡੇ ਬੜੇ ਉੱਠਣਗੇ ਮੈਨੂੰ ਪਤਾ ਉਹ ਆਪਾਂ ਸ਼ੇਅਰ ਕਰਾਂਗੇ ਗੱਲਬਾਤ ਕਰਾਂਗੇ ਇਸ ਕਰਕੇ ਤੁਹਾਨੂੰ ਸੱਦਿਆ ਰਹੇ ਤੇ ਪਲੀਜ਼ ਇਹ ਵੀਡੀਓ ਦੇਖੋ ਨਹੀਂ ਜੀ ਇਕੱਲੀ ਪੰਜਾਬੀ 'ਚ ਹੀ ਹੈ ਪੰਜਾਬੀ 'ਚ ਬਣਾਈਏ ਪੰਜਾਬੀ 'ਚ ਰੱਖਾਂਗੇ ਅਤੇ ਕਹਿ ਬੜੀ ਆਏ ਨੇ ਕਈ ਜਗ੍ਹਾ ਤੋਂ ਇਸ ਤਰ੍ਹਾਂ ਦੇ ਰਿਕੁਐਸਟ ਕਿ ਇਹਨੂੰ ਹਿੰਦੀ 'ਚ ਡੱਬ ਕਰੋ ਹੋਰ ਲੈਂਗੁਏਜ ਡੱਬ ਕਰੋ ਅਤੇ ਜ਼ਿਆਦਾ ਤਾਂ ਕਿ ਪੰਜਾਬੀ 'ਚ ਕਿੰਨੀ ਚੱਲਦੀ ਕਿਸ ਤਰ੍ਹਾਂ ਦਾ ਰਿਸਪੋਂਸ ਪਤਾ ਤੁਹਾਡਾ ਸਾਰਿਆਂ ਦਾ ਜੇ ਅੱਛਾ ਰਿਸਪੋਂਸ ਆਏ ਤਾਂ ਆਪਾਂ ਹਿੰਦੀ 'ਚ ਵੀ ਡੱਬ ਕਰਾਂਗੇ ਫਿਰ ਕੋਸ਼ਿਸ਼ ਤਾਂ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖਣ ਸਾਰੇ ਹਿੰਦੁਸਤਾਨ 'ਚ ਫੈਲੇ ਜਗ੍ਹਾ ਜਗ੍ਹਾ ਲੱਗੇ ਇਹ ਫਿਲਮ ਅਤੇ ਕੁਛ ਪਹਿਲੇ ਰਿਜ਼ਲਟਸ ਤੋਂ ਥੋੜ੍ਹਾ ਹੌਸਲਾ ਹੋ ਜਾਂਦਾ ਵੀ ਚਲੋ ਡੱਬ ਕਰੋ ਹਾਂਜੀ ਹਾਂਜੀ ਕੋਸ਼ਿਸ਼ ਤਾਂ ਹੈ ਜੀ ਲੱਗੇ ਹੋਏ ਇਸ ਚੀਜ਼ 'ਤੇ ਈਵਨ ਪੰਜਾਬੀ ਵਰਜ਼ਨ ਵੀ ਬਹੁਤ ਦੂਰ ਦੂਰੋਂ ਰਿਕੁਐਸਟ ਆ ਰਹੀਆਂ ਜਿਸ ਤਰ੍ਹਾਂ ਅੱਜ ਸਵੇਰੇ ਕਾਲ ਆ ਵੀ ਕੋਲਕਾਤਾ ਵੀ ਲੱਗਣੀ ਚਾਹੀਦੀ ਹੈ ਉੜੀਸਾ ਕਿਸੇ ਜਗ੍ਹਾ ਤੋਂ ਫੋਨ ਆਇਆ ਉੱਥੇ ਲੱਗਣੀ ਹਾਂਗਕਾਂਗ ਸਿੰਗਾਪੁਰ ਸਵੇਰੇ ਅੱਜ ਜਸਵੀਰ ਦਾ ਕਾਲ ਆਇਆ ਕਿ ਮੈਂ ਸਿੰਗਾਪੁਰ ਫਿਲੀਪੀਨਸ ਮਲੇਸ਼ੀਆ ਉੱਥੇ ਲਾਉਣਾ ਨਹੀਂ ਚਾਹੁੰਦਾ ਫਿਲਮ ਨੂੰ ਬਾਕੀ ਸਪੇਨ ਇਟਲੀ ਦਾ ਉੱਥੇ ਲੱਗ ਰਹੀ ਨੇ ਅੱਜ ਕੱਲ੍ਹ ਜਰਮਨੀ ਉਧਰੋਂ ਸਾਰੇ ਡਿਸਟ੍ਰੀਬਿਊਟਰ ਕਾਲ ਕਰ ਰਹੇ ਨੇ ਲਾਉਣ ਨੂੰ ਪਰ ਤੁਹਾਡੀ ਗੱਲ ਸਹੀ ਆ ਪੂਰੇ ਹਿੰਦੁਸਤਾਨ ਨੂੰ ਇਹ ਫਿਲਮ ਦੇਖਣੀ ਚਾਹੀਦੀ ਆ ਪਾਕਿਸਤਾਨ ਨੂੰ ਦੇਖਣੀ ਚਾਹੀਦੀ ਫਿਲਮ ਬੰਗਲਾਦੇਸ਼ ਲੱਗਣੀ ਚਾਹੀਦੀ ਇਸ ਦੀਆਂ ਫਿਲਮਾਂ ਕਿਉਂ ਕਰਤਾਰ ਸਿੰਘ ਸਰਾਭਾ ਦੀ ਗਦਰ ਮੂਵਮੈਂਟ ਦੀ ਗਦਰ ਲਹਿਰ ਦੀ ਲੜਾਈ ਇਕੱਲੇ ਆਪਣੇ ਹਿੰਦੁਸਤਾਨ ਵਾਸਤੇ ਵੀ ਉਸ ਉਹਨਾਂ ਦਾ ਜਿਹੜਾ ਨਕਸ਼ਾ ਸੀ ਨਾ ਨਕਸ਼ਾ ਇੱਕ ਸੀਨ ਅਸੀਂ ਦਿਖਾਇਆ ਉਹਦੇ ਵਿੱਚ ਨਕਸ਼ਾ ਉਹਦੇ ਵਿੱਚ ਅੱਧਾ ਅਫਗਾਨਿਸਤਾਨ ਸੀ ਜਿਹੜਾ 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 ਮੁਲਕ ਗਦਰੀ ਬਾਬੇ ਵਸਾਉਣਾ ਚਾਹੁੰਦੇ ਆਜ਼ਾਦ ਕਰਨਾ ਚਾਹੁੰਦੇ ਜਿਹਦੇ ਆਪਣਾ ਰੂਟ ਕਰਨਾ ਚਾਹੁੰਦੇ ਸੀ ਅੱਧਾ ਅਫਗਾਨਿਸਤਾਨ ਆਉਣਾ ਸੀ ਉਹ 'ਚ ਪੂਰਾ ਬਰਮਾ ਸੀ ਉਹਦੇ ਵਿੱਚ ਭੂਟਾਨ
ਦੇ ਬਾਰਡਰ ਤੱਕ, ਨੇਪਾਲ ਦੇ ਬਾਰਡਰ ਤੱਕ ਸਾਰਾ ਇਲਾਕਾ, ਕਈ ਸਾਰਾ ਇਲਾਕਾ ਜਿਹੜਾ ਅੱਜ ਕੱਲ੍ਹ ਚੀਨਾ ਲੈ ਗਿਆ, ਉਹ ਚਾਈਨਾ ਲੈ ਗਿਆ, ਉਹ ਵੀ ਉਸ ਨਕਸ਼ੇ ਦੇ ਵਿੱਚ ਆਉਂਦਾ। ਸਲੋਨ ਸ਼੍ਰੀਲੰਕਾ, ਉਹ ਤੇ ਵੀ ਹੱਕ ਕਦੇ ਵੀ ਸਾਡਾ ਹੀ ਆ, ਐਡਾ ਬੜਾ ਰਾਜ ਪਸਾਣਾ ਚਾਹੁੰਦੇ ਸੀ। ਕੀ ਆ ਇੱਦਾਂ ਦੀਆਂ ਹਿਸਟੋਰੀਕਲ ਮੂਵੀਆਂ ਬਣਾਉਣ ਦਾ, ਕਿਉਂਕਿ ਅੱਜ ਕੱਲ੍ਹ ਪੰਜਾਬੀ ਇੰਡਸਟਰੀ ਦੇ ਵਿੱਚ ਦੇਖਿਆ ਐਵਰੀਬਡੀ ਥਿੰਕਸ ਇਟਸ ਫਨੀ, ਹਿਊਮਰ ਲੈ ਆਓ, ਹਾਂ ਹਾਂ ਜੀ ਹੀ ਕਰ ਲਓ, ਪਰ ਆ ਜਿਹੜੀਆਂ ਵੈਰੀ ਮੀਨਿੰਗਫੁਲ, ਹਾਂ ਬਹੁਤ ਇਹਨੂੰ ਘੱਟ ਡਾਇਰੈਕਟਰ ਜਾਂ ਪ੍ਰੋਡਿਊਸਰ ਟੱਚ ਕਰਦੇ ਆ, ਤੁਹਾਡੀ ਮੋਟੀਵੇਸ਼ਨ ਕੀ ਆ ਮੂਵੀਆਂ ਲਿਆਉਣ ਦੀ? ਤੁਹਾਡੇ ਉਹਨਾਂ ਦਾ ਕਿਹਦਾ ਬੈਸਟ ਸੰਸਥਾ ਹੈ ਕਿ ਮੇਰੀ ਮੋਟੀਵੇਸ਼ਨ ਕੀ ਨਹੀਂ ਹੈ। ਮੇਰੀ ਜਿਹੜੀ ਉਮੀਦ ਇਹ ਹੈ ਕਿ ਅੱਜ 100 ਸਾਲ ਨੂੰ ਇਸ ਫਿਲਮ ਨੂੰ ਕੋਈ ਦੇਖੇਗਾ, ਜਿਸ ਤਰ੍ਹਾਂ ਬਲੈਕ ਪੈਂਥਰ 6 ਸਾਲ ਹੋ ਗਏ ਰਿਲੀਜ਼ ਹੋਈ ਨੂੰ, ਅੱਜ ਤੱਕ ਲੋਕ ਮੈਨੂੰ ਪੁੱਛਦੇ ਇਸ ਫਿਲਮ ਦੇ ਬਾਰੇ। ਅਤੇ ਦੂਸਰਾ ਕਿ ਮੈਨੂੰ ਹਿਸਟਰੀ ਦੇ ਨਾਲ ਬੜਾ ਲਗਾਅ ਹੈ, ਬੜਾ ਆਪਣੀ ਸਪੈਸ਼ਲੀ ਆਪਣੀ ਪੰਜਾਬ ਦੀ ਹਿਸਟਰੀ ਦਾ ਬੜਾ ਇੱਕ ਜੋੜ ਆ ਉਹਦੇ ਨਾਲ। ਇੱਕ ਮੈਂ ਸ਼ੁਰੂ ਤੋਂ ਬਚਪਨ ਤੋਂ ਮੈਨੂੰ ਹਿਸਟਰੀ ਨਾਲ ਬੜਾ ਪਿਆਰ ਸੀਗਾ, ਅਤੇ ਇਸ ਤਰ੍ਹਾਂ ਦੇ ਸਬਜੈਕਟ ਮੈਨੂੰ ਇਹਨਾਂ ਕੁਛ ਥੋੜ੍ਹਾ ਜ਼ਿਆਦਾ ਹੈ, ਜਿੱਥੇ ਜਿਹੜੀਆਂ ਕੁਰਬਾਨੀਆਂ ਗਦਰੀ ਬਾਬਾ ਦੀਆਂ, ਕਰਤਾਰ ਸਿੰਘ ਸਰਾਭਾ ਦੀਆਂ, ਆਪਣੇ ਮਹਾਰਾਜ ਦਲੀਪ ਸਿੰਘ ਦੀ ਬੜੀ ਇੱਕ ਬੜੀ ਟ੍ਰੈਜਿਕ ਸਟੋਰੀ, ਕਿ ਉਹਦੇ ਵਿੱਚ ਇੱਕ ਸੀਨ ਵੀ ਹੈ ਜਿੱਥੇ ਉਹ ਮਹਾਰਾਣੀ ਜਿੰਦਾ ਉਹਨੂੰ ਕਹਿੰਦੀ ਕਿ ਅਸੀਂ ਰਾਜੇ ਹੁੰਦੇ ਸੀ, ਸਾਡਾ ਵੀ ਰਾਜ ਸੀ। ਅਤੇ ਉਹਦੇ ਵਿੱਚ ਜਦੋਂ ਅਸੀਂ ਸੋਚਦੇ ਤੁਹਾਨੂੰ ਬੜਾ ਜੋਸ਼ ਆਉਂਦਾ, ਬੜਾ ਗੁੱਸਾ ਆਉਂਦਾ, ਜੋਸ਼ ਵੀ ਆਉਂਦਾ ਸੇਮ ਟਾਈਮ 'ਤੇ, ਸਾਡੀ ਬੈਕਗਰਾਊਂਡ ਇਸ ਤਰ੍ਹਾਂ ਦੀ ਆ। ਅਤੇ ਉਹ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਯਵਸ ਮੇਰੇ ਅੰਦਰ ਕਿ ਮੈਂ ਇਸ ਤਰ੍ਹਾਂ ਅੱਛੀਆਂ ਫਿਲਮਾਂ ਬਣਾਵਾਂ ਜਿਹੜੀਆਂ ਕਿ ਅੱਜ ਵੀ ਥੋੜ੍ਹੀਆਂ ਜਿਹੀਆਂ ਸਾਨੂੰ ਜਗਾਉਣ, ਅਵੇਕਨੈਸ। ਮੈਂ ਕਹਿੰਦਾ ਫਿਲਮ ਇੰਸਪਾਇਰ ਕਰੇ, ਇਹ ਫਿਲਮ ਤੁਸੀਂ ਬੱਚਿਆਂ ਨੂੰ ਦਿਖਾਓ, ਆਪਣਿਆਂ ਨੂੰ ਕਿ ਸਾਡੀ ਹਿਸਟਰੀ ਕੀ ਹੈ, ਸਾਡੇ ਕਿੱਦਾਂ ਦੇ ਬਹਾਦਰ ਜਵਾਨ, 16 ਸਾਲ ਦਾ ਮੁੰਡਾ ਕਿ ਕਿਹੜੀ ਲਹਿਰ ਚੱਲ, 19 ਸਾਲ ਦੀ ਉਮਰ ਦੇ ਵਿੱਚ ਫਾਂਸੀ ਹੋ ਜਾਂਦੀ ਵਿਚਾਰੇ ਨੂੰ, ਕਸ ਕਿਹੜੇ ਵਾਸਤੇ, ਇੱਕ ਆਜ਼ਾਦੀ ਮੰਗ ਰਿਹਾ ਸੀ, ਫਰੀਡਮ। ਕਿਹਦਾ ਫਰੀਡਮ? ਸਾਡਾ ਫਰੀਡਮ ਜਿਹੜਾ ਕਿ ਅਸੀਂ ਅੱਜ ਇੰਜੋਏ ਕਰ ਰਹੇ ਹਾਂ। ਮੈਨੂੰ ਇਹ ਚੀਜ਼ਾਂ, ਮੈਨੂੰ ਇਹ ਖੁਦ ਇੱਦਾਂ ਦੇ ਸਭ ਨੂੰ ਇੰਸਪਾਇਰ ਕਰਦੇ, ਅਤੇ ਮੈਂ, ਮੇਰੀ ਉਮੀਦ ਹੈ ਕਿ ਇਹ ਫਿਲਮਾਂ ਲੋਕਾਂ ਨੂੰ ਇੰਸਪਾਇਰ ਕਰਨ, ਕਿ ਜਾ ਕੇ ਹੋਰ ਪੜ੍ਹੋ, ਸਿੱਖੋ, ਪੜ੍ਹੋ ਇਹਦੇ ਬਾਰੇ, ਦੇਖੋ ਕੀ ਕੁਛ। ਗਦਰ ਮੁੰਬ ਗਦਰ ਲਹਿਰ ਬਹੁਤ ਲੰਮੀ ਚੌੜੀ ਲਹਿਰ ਸੀਗੀ, ਬਹੁਤ ਕੁਛ ਹੈ ਉਹਦੇ ਵਿੱਚ, ਬੜੇ ਕੁਰਬਾਨ, ਲੋਕਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਉਸ ਟਾਈਮ 'ਤੇ। 1913, 14, 15, 13, 14 ਸਾਲਾਂ 'ਚ ਆਲਮੋਸਟ 9,000 ਬੰਦਾ ਇੱਥੋਂ ਵਾਪਸ ਗਿਆ ਸੀ ਇੰਡੀਆ ਦੀ ਆਜ਼ਾਦੀ ਵਾਸਤੇ ਲੜਨ, 9,000। ਅੱਜ 10 ਬੰਦੇ ਇਕੱਠੇ ਹੋ ਕੇ ਨਹੀਂ ਜਾ ਸਕਦੇ, ਕਿੰਨੀਆਂ ਕੁਰਬਾਨੀਆਂ ਹੋਣੀਆਂ ਹੁੰਦੀਆਂ, ਜਿਹੜੇ ਕਮਾਈ ਕਰਨ ਆਏ ਸੀ ਇੱਥੇ, ਸਭ ਕੁਛ ਛੱਡ ਕੇ ਚਲੇ ਗਏ ਨੇ ਆਪਣਾ ਦੇਸ਼ ਨੂੰ ਅਸੀਂ ਆਜ਼ਾਦ ਕਰਨਾ, ਗੋਰੇ ਨੂੰ ਕੱਢਣਾ। ਉਹ ਵੀ ਕਰਨਾ ਜ਼ੋਰ ਦੇ ਨਾਲ, ਇਹ ਨਹੀਂ ਕਿ ਮਿੰਨਤਾਂ ਕਰਕੇ, ਗਾਂਧੀ ਸਟਾਈਲ ਨਹੀਂ, ਜ਼ੋਰ ਦੇ ਨਾਲ। ਕਿੱਦਾਂ ਦੇ ਬੰਦੇ ਹੋਣਗੇ ਉਹ? ਹਾਂਜੀ, ਮੈਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ, ਤੁਸੀਂ ਜਿਹੜਾ ਇੱਕ ਵਧੀਆ ਹਿਸਟੋਰਿਕ ਟੋਪਿਕ ਲੈ ਕੇ ਫਿਲਮ ਬਣਾਈ ਹੈ, ਅਤੇ ਤੁਹਾਨੂੰ ਵਿਸ਼ ਕਰਦੇ ਹਾਂ ਵੀ ਵਧੀਆ ਚੱਲੇ, ਜਿਹੜਾ ਵਪਾਰਕ ਪੱਖ ਵੀ ਆ ਓਬੀਅਸਲੀ ਤੁਸੀਂ ਬਣਾਈ ਹੈ। ਪਰ ਇਹਦੀ ਸ਼ੂਟਿੰਗ ਲਈ ਕੋਈ ਤੁਸੀਂ ਇੱਥੇ ਜਿੱਦਾਂ ਸੈਨ ਫਰਾਂਸਿਸਕੋ ਗਦਰ ਮੈਮੋਰੀਅਲ ਆ ਜਿੱਥੇ ਉਹਨਾਂ ਦਾ ਓਰਿਜਨਲ ਆਫਿਸ ਹੈਗਾ, ਇੱਥੇ ਵੀ ਤੁਸੀਂ ਜਗਵੰਤ ਰਾਸ਼ਨ ਜਾਂ ਜਿੱਦਾਂ ਸਟੋਰੀਆ ਦੀ ਤੁਸੀਂ ਗੱਲ ਕੀਤੀ ਸੀ, ਇੱਥੇ ਵੀ ਤੁਸੀਂ ਕੋਈ ਐਕਚੁਅਲ ਕਰਵਾਇਆ ਵੀ ਆ ਜਾਂ ਸਾਰੇ ਪੰਜਾਬ ਹਿੰਦੁਸਤਾਨ ਵਿੱਚ ਕੋਈ ਸ਼ੂਟਿੰਗ? ਨਹੀਂ, ਇਹਦੀ ਸ਼ੂਟਿੰਗ ਫਿਲਮ ਦੀ ਇੰਡੀਆ 'ਚ ਕੀਤੀ, ਹਿੰਦੁਸਤਾਨ, ਰਾਜਸਥਾਨ ਇਲਾਕੇ ਦੇ ਵਿੱਚ, ਅਤੇ ਬਾਕੀ ਕੈਨੇਡਾ ਦੇ ਥੋੜ੍ਹੀ ਜਿਹੀ ਮੈਂ ਇੱਥੇ ਕੀਤੀ ਸੀਗੀ। ਅਤੇ ਅਨਫੋਰਚੁਨੇਟਲੀ ਜਿਹੜੀ ਜਗ੍ਹਾ ਜਿਹੜਾ ਪਹਿਲਾਂ ਇਹਨਾਂ ਜਗਵੰਤ ਰਾਜ ਸੀ ਨਾ, ਪਹਿਲੀ ਜਗ੍ਹਾ ਜਿੱਥੇ ਕਿ ਪੇਪਰ ਛਾਪਦੇ ਸੀ ਆਪਣੀ ਪ੍ਰਿੰਟਿੰਗ ਪ੍ਰੈਸ ਪਈ ਸੀ, ਉਹ ਤਾਂ ਉਹ ਅੱਜ ਕੱਲ੍ਹ ਐਡਰੈਸ ਵੀ ਨਹੀਂ ਹੁੰਦਾ, ਉੱਥੇ ਨਵੇਂ ਘਰ ਬਣ ਗਏ ਨੇ। ਮੈਂ ਕਿਹਾ ਉੱਥੇ ਕੀ ਹੈ ਜੀ, ਅਤੇ ਘਰ ਉਹ ਐਕਚੁਲੀ ਜਿਹੜਾ ਐਡਰੈਸ ਵੀ ਨਹੀਂ, ਉਹ ਨੰਬਰ ਵੀ ਹੈ ਨਹੀਂ, ਐਗਜਿਸਟ ਨਹੀਂ ਕਰਦਾ ਹੁਣ ਵੋਡ ਸਟਰੀਟ ਦੇ ਉੱਤੇ। ਜਿਹੜਾ ਹੁਣ ਦਾ ਘਰ ਹੈ ਨਾ, ਉਹ 1919 'ਚ 1917 'ਚ ਮੂਵ ਹੋਏ ਸੀ ਉੱਥੇ, ਜਦੋਂ ਤਾਂ ਇਹ ਤਾਂ ਗਦਰੀ ਬਾਬਾ ਚੱਲ ਗਏ ਸੀ ਸਾਰੇ। ਜਿਹੜਾ ਹੁਣ ਉੱਥੇ ਹੈਗਾ ਨਾ ਇੰਡੀਆ ਹਾਊਸ ਇਹਨੂੰ ਕਹਿੰਦੇ ਨੇ, ਉਹ ਬਾਅਦ ਦੇ ਵਿੱਚ ਲਿਆ ਸੀ, ਉਹ ਉਦੋਂ ਬੰਗਾਲੀ ਜਦ ਆ ਗਈ ਸੀ ਮੂਵਮੈਂਟ 'ਤੇ ਉਹਨਾਂ ਨੇ ਲਿਆ ਸੀ। ਹਾਂਜੀ, ਅਤੇ ਆਸਟੋਰੀਆ ਮੈਂ ਗਿਆ ਕੀ ਹੈ ਜੀ, ਆਸਟੋਰੀਆ ਜਿਹੜਾ ਫਿਨਿਸ਼ ਹਾਲ, ਉਹਨੂੰ ਕਹਿੰਦੇ ਸੀ ਫਿਨਿਸ਼, ਫਿਨਲੈਂਡ ਦੇ ਲੋਕਾਂ ਨੇ ਆ ਕੇ ਹਾਲ ਬਣਾਇਆ ਉੱਥੇ, ਹਾਲ ਮੈਂ ਦਿਖਾਇਆ ਵੀ ਪਿੰਡ ਦੇ ਵਿੱਚ ਪਿਕਚਰਾਂ ਦੇ ਵਿੱਚ, ਹੁਣ ਉਹਦਾ ਕੁਛ ਨਾਮ ਕੁਛ ਹੋਰ ਰੱਖਿਆ ਨਹੀਂ। ਅਤੇ ਜਿੱਥੇ ਕਿ ਪਹਿਲੀ ਗਦਰੀ ਮੂਵਮੈਂਟ ਮੀਟਿੰਗ ਹੋਈ ਸੀਗੀ, ਉਹਦਾ ਵੀ ਕਾਫੀ ਸ਼ੇਪ ਚੇਂਜ ਹੋਇਆ, ਉਸ ਤਰ੍ਹਾਂ ਦਾ ਨਹੀਂ ਜਿਸ ਤਰ੍ਹਾਂ ਉਹ ਸੀਗਾ, ਬਾਹਰੋਂ ਬਿਲਡਿੰਗ ਉੱਦਾਂ ਕਿਹੜੀ ਹੈ ਪਰ ਅੰਦਰੋਂ ਬਦਲਿਆ ਵਾ ਕੁਛ। ਅਤੇ ਬਾਕੀ ਉੱਦਾਂ ਦੀਆਂ ਜਗ੍ਹਾ ਜਿੱਥੇ ਜੋ ਕੁਛ ਵਾ ਹੈ ਨਹੀਂ ਜਗ੍ਹਾ, ਹੁਣ ਸਾਨੂੰ ਰੀਕ੍ਰੀਏਟ ਕਰਨੀਆਂ ਹੋਈਆਂ, ਬੜੀਆਂ ਸੈੱਟ ਬਣਾਉਣੇ ਪਏ। ਲਾਹੌਰ ਸੈਂਟਰ ਜੇਲ੍ਹ, ਜਿੱਦਾਂ ਮੈਂ ਪਾਕਿਸਤਾਨ ਵੀ ਗਿਆ ਦੇਖਿਆ, ਉਹ ਜੇਲ੍ਹ ਵੀ ਉਸ ਤਰ੍ਹਾਂ ਦੀ ਨਹੀਂ ਜਿੱਦਾਂ ਉਦੋਂ ਸੀਗੀ, ਅਸੀਂ ਫਿਰ ਸੈੱਟ ਬਣਾਇਆ ਇੱਥੇ ਰਾਜਸਥਾਨ 'ਚ। ਅਤੇ ਉਹ ਜਿਹੜਾ ਪਲੇਨ ਦਿਖਾਇਆ, ਉਹ ਵੀ ਸੇਮ ਮਾਡਲ ਦੀ ਅਤੇ ਸਿੱਖਿਆ ਉਹਨੇ, ਇਹ ਸਾਰੀ ਹਿਸਟਰੀ 'ਚ ਪੜ੍ਹ ਪੜ੍ਹ ਕੇ ਲੱਭੇ, ਜਿਹੜੀ ਕਿ ਲੱਭੀਆਂ ਚੀਜ਼ਾਂ ਹੋਏ ਸੀ। ਮਿਊਜ਼ੀਅਮ, ਉਹ ਵੀ ਮਿਊਜ਼ੀਅਮ ਦੇ ਵਿੱਚ ਲੱਭਿਆ, ਮੈਂ ਕੈਨੇਡਾ ਜਾ ਕੇ, ਉਹ ਮਿਊਜ਼ੀਅਮ 'ਚ ਰੱਖਿਆ ਸੀ, ਚਲਾਉਂਦੇ ਵੀ ਸੀ ਇਹਨੂੰ, ਪੈਸੇ ਦੇ ਕੇ ਉਹਨੂੰ ਠੀਕ ਕਰਵਾਇਆ, ਚੱਲਦਾ ਸੀ ਬੜਾ ਸੋਹਣਾ, ਪਰ ਰੱਖਿਆ ਸੀ ਮਿਊਜ਼ੀਅਮ, ਮਿਊਜ਼ੀਅਮ 'ਚੋਂ ਕਢਾ ਕੇ ਅਸੀਂ ਸੀਨ ਸ਼ੂਟ ਕੀਤੇ, ਇੰਨੀ ਕੁ ਮਿਹਨਤ ਕੀਤੀ ਜਾਣੀ। ਮੈਂ ਕਹਿੰਦਾ ਸੀ
ਕਹੀਏ ਵੀ ਡੁਪਲੀਕੇਟ ਹੈ ਓਰੀਜਨਲ ਨਹੀਂ ਹੈ ਤੇ ਸਾਡੀ ਕੰਪਨੀ ਤਾਂ ਪਹਿਲੇ ਵੀ ਜਾਂਦੀ ਉਸ नवे घर बने नंबर से ना घर का नंबर घर का नंबर भी नहीं बुक हाँ जी सैकंड है जी 1917 चाहिए दोस्त बन गया तो घर चे रहा रिचमंड इस घर के बारे पता होना रिचमंड छोटा जहां टाउन सैन फ्रांसिस्को जिथे के गदर मूवमेंट लास्ट सरवाइविंग केसर सिंह ढिल्लों शायद पढ़िया होना हिस्ट्री ਉਹ ਗਦਰ ਮੂਵਮੈਂਟ ਦੇ ਲਾਸਟ ਸਰਵਾਈਵਿੰਗ ਸੈਕਟਰੀ ਸੀਗੇ 1973-75 ਦੀਆਂ ਗੱਲਾਂ ਨੇ ਉਹਨੇ ਬੇਸਮੈਂਟ ਦੇ ਵਿੱਚ ਜਿਹੜੀ ਪ੍ਰਿੰਟਿੰਗ ਪ੍ਰੈਸ ਹੁਣ ਆਪਣੇ ਸਟਾਕਿੰਗ ਗੁਰਦੁਆਰੇ ਪਈ ਹੈ ਉਹ ਪਈ ਹੁੰਦੀ ਸੀ ਅਤੇ ਨਾਲ ਓਰੀਜਨਲ ਨਿਊਜ਼ ਪੇਪਰ ਜਿਹੜੇ ਓਰੀਜਨਲ ਪੇਪਰ ਦੇ ਛਪੇ ਹੋਏ ਉੱਥੇ ਥੱਲੇ ਤਾਂ ਫਲੋਰ 'ਤੇ ਪਏ ਹੁੰਦੇ ਸੀਗੇ ਕਿਤਾਬਾਂ ਫੋਟੋਗ੍ਰਾਫ ਕੰਧੇ ਮੈਨੂੰ ਯਾਦ ਆ ਮੈਂ ਅੱਜ ਤੱਕ ਉਹ ਮਾਰਾ ਮੈਂ ਉੱਥੇ ਜਾਣ ਲੱਗ ਪਿਆ ਮੈਨੂੰ ਫਰਾਈਡੇ ਮੈਂ ਘਰ ਆ ਜਾਣਾ ਸੈਵਨਸ ਪੜ੍ਹਦਾ ਸੀ ਓਕਲੈਂਡ ਦੇ ਸਿਕੰਦੇ ਸੀ ਨਾਲ ਹੀ ਅਤੇ ਵੀਕਐਂਡ ਮੈਂ ਉੱਥੇ ਸਪੈਂਡ ਕਰ ਲਈ ਉਹਨਾਂ ਨਾਲ ਅੰਕਲ ਜੀ ਉਹਨਾਂ ਨਾਲ ਉਹਨੇ ਮੈਨੂੰ ਕਹਾਣੀਆਂ ਸੁਣਾਈਆਂ ਗਦਰ ਦੇ ਬਾਰੇ ਗਦਰੀ ਬਾਬਿਆਂ ਦੇ ਬਾਰੇ ਉਹ ਪਤਾ ਲੱਗਾ ਸੀ ਕੁਛ ਸਮਾਂ ਬਾਅਦ ਘਰ ਨੂੰ ਅੱਗ ਲੱਗੇ ਸੀ ਕੁਛ ਡਿਸਟਰੋਏ ਹੋ ਗਏ ਸਭ ਕੁਛ ਉੱਥੇ ਤੁਹਾਡੇ ਵੀ ਨੋਟਸ ਚ ਆਇਆ ਹੋਣਾ ਵੀ ਇਹ ਪੜ੍ਹਦੇ ਆ ਕਹਿੰਦੇ ਜਿਹੜਾ ਸੱਲਾ ਜੇ ਅਸੀਂ ਕਾਲੇ ਪਾਣੀ ਦੀਆਂ ਸਜਾਵਾਂ ਸੀ ਬਾਬੇ ਪੜ੍ਹਦੇ ਸੀ ਵੱਡੇ ਆਪਣੇ ਗਦਰੀ ਬਾਬੇ ਕੱਟ ਕੇ ਹਾਂਜੀ ਕਹਿੰਦੇ ਚਲੋ ਕਹਿਣਾ ਨਹੀਂ ਚਾਹੀਦਾ ਹਕੂਮਤ ਦਾ ਸਮਾਂ ਆ ਗਿਆ ਕਹਿੰਦੇ ਉਹਨਾਂ ਦੇ ਨੇਮ ਪਲੇਟ ਹੀ ਖਤਮ ਕਰ ਦਿੱਤੀਆਂ ਜਿਹੜੇ ਮਾਫੀ ਮੰਗਣ ਵਾਲੇ ਸੀ ਉਹਨਾਂ ਦੇ गदरी बाबे ने सठ नब्बे दिन भुख हड़ताल रखिया ने काले पानी की जेल जी उस टाइम से हिस्ट्री हार्डेस्ट जेल डर्टीएस्ट जेल ओके की बीमारियां अपना मतलब सोच नहीं सकता जी ਇਹ ਸੋਹਣ ਸਿੰਘ ਪਖਣਾ ਟੂਡੀ ਲਾਟ ਸਭ ਉੱਥੇ ਭੇਜਦੇ ਸੀ ਉਹਨਾਂ ਦੀ ਉਹਦੇ ਵਿੱਚ ਉਸ ਬੰਦੇ ਜਾ ਕੇ ਵੀ ਇਹਨੂੰ ਗੱਲਾਂ ਹੋਈਆਂ ਉਹਦੇ ਵਿੱਚ ਪੰਜਾਬੀਆਂ ਦੇ ਨਾਂ ਲਿਖੇ ਹੋਏ ਆ ਬੰਗਾਲੀਆਂ ਦੇ ਲਿਖੇ ਬੰਗਾਲੀਆਂ ਦੇ ਹਾਂ ਜੀ ਤੇ ਕੀ ਤੁਸੀਂ ਉਹ ਇਹ ਟੂਡੀ ਦੇ ਵਿੱਚ ਕੁਛ ਉਹ ਬੰਗਾਲੀ ਜਿਵੇਂ ਉੱਥੋਂ ਬਾਬਾ ਸੋਹਣ ਸਿੰਘ ਪਖਣਾ ਦਾ ਨਾਮ ਤਾਂ ਟੂਡੀ ਲਾਟ ਲੱਗਦੇ ਜਿਹੜੇ ਉੱਥੇ ਰਹੇ ਸੀ ਉਹਨਾਂ ਬੰਗਾਲੀਆਂ ਦਾ ਸੀਗੇ ਕੀ ਇਸ ਫਿਲਮ ਵਿੱਚ ਮਾੜੀ ਮੋਟੀ ਟੱਚ ਉਹ ਬੰਗਾਲੀ ਜਾਂ ਦੀ ਕੋਲ ਅੱਜ ਕਿਹੜੀ ਵੀ ਦਿੱਤੀ ਹੈ ਜਾਂ ਆਪਣਾ ਹੀ ਹਾਂ ਜੀ ਹੈ ਇਹਦੇ ਵਿੱਚ ਬਾਕੀ ਫਿਲਮ ਦੇਖ ਕੇ ਦੇਖੋਗੇ हाँ जी हाँ रास्ते वाले बहुत सारे करैक्टर है फिल्म में छोटा जहाँ ज़्यादा जी बंगाली की लहर वो सैकंड जिदा सैकंड फेज दहर ज़्यादा से उन्होंने बंगालिया की जो गदरी बाबा अपने सारे फड़े गए कोई जेलों से कोई मारे गए पहले मैं ना नहीं याद होने ने पहले 8 जने को फांसी दिता गया मलेशिया के इतने जाओ जो वापस गए वो मलेशिया फड़े गए थे तो उत्थे उन्होंने फटाफट अज फड़े दुए तीए दिन उन्होंने 8 जने फांसी देता से ਉਹਦਾ ਅੰਗਰੇਜ਼ਾਂ ਨੂੰ ਪਤਾ ਲੱਗਿਆ ਸੀ ਕਿ ਜਿਹੜੀ ਮੂਵਮੈਂਟ ਹੈ ਲਹਿਰ ਹੈ ਜਿਹੜੀ ਹੈ ਇਹ ਤਾਂ ਅੱਗ ਲਾ ਦੇਗੀ ਸਾਰੇ ਹਿੰਦੁਸਤਾਨ ਦੇ ਵਿੱਚ ਇੰਨਾ ਡਰ ਪੈ ਗਿਆ ਸੀ ਦਹਿਸ਼ਤ ਹੋ ਗਈ ਸੀ ਫੜੀ ਜਾਂਦੇ ਸੀ ਅਤੇ ਫਾਂਸੀਆਂ ਦੇ ਜਾਂਦੇ ਸੀਗੇ ਅਤੇ ਕਰਤਾਰ ਸਿੰਘ ਸਰਾਭੇ ਦਾ ਅਤੇ ਇਹਨਾਂ ਨਾਲ ਜੇ 6-7 ਸਾਥੀ ਹੋਰ ਸੀ ਉਹ ਐਕਚੁਲੀ ਹਿਸਟੋਰੀਕਲ ਹੈਗਾ ਉਹ ਥੋੜ੍ਹਾ ਜਿਹਾ ਟਰਾਇਲ ਕੀਤਾ ਇਹਨੇ ਉਸ ਤੋਂ ਬਾਅਦ ਟਰਾਇਲ ਵੀ ਹੁੰਦਾ ਸੀ ਫੜਦੇ ਸੀ ਫਾਂਸੀ ਲਾਉਂਦੇ ਸੀ ਇਸ ਤਰ੍ਹਾਂ ਦਾ ਸੀ ਚੰਡੀਗੜ੍ਹ ਦਾ ਰੈਸਟੋਰੈਂਟ 'ਚ ਬੈਠੇ ਕੋਈ ਪੱਤਰਕਾਰ ਸੀ ਮੈਂ ਪੇਪਰ ਦਾ ਨਾਂ ਨਹੀਂ ਲਵਾਂਗਾ ਬਹੁਤ ਆਪਣਾ ਇੰਡੀਆ ਦਾ ਨੰਬਰ 1 ਪੇਪਰ ਪੰਜਾਬ ਦਾ ਉਹਨਾਂ ਦੇ ਪੱਤਰਕਾਰ ਮੇਰੇ ਨਾਲ ਇੰਟਰਵਿਊ ਕਰ ਰਹੇ ਨੇ ਮੈਨੂੰ ਤਾਂ ਉਹਨਾਂ ਦਾ ਪਹਿਲਾ ਸਵਾਲ ਕੀ ਪਹਿਲਾ ਸਟੇਟਮੈਂਟ ਉਹਨਾਂ ਦੀ ਕਿ ਤੂੰ ਥੋੜ੍ਹਾ ਜਿਹਾ ਕਮਾ ਲੱਗਦਾ ਮੈਨੂੰ ਕਿ ਇਹ ਗਦਰੀ ਬਾਬਿਆਂ ਦੀ ਫਿਲਮ ਬਣਾ ਰਿਹਾ ਮੈਂ ਪੁੱਛਿਆ ਮੈਂ ਸਿਰ ਕਿਉਂ ਕਹਿੰਦੇ ਉਹ ਤਾਂ ਕਮਿਊਨਿਸਟ ਸੀਗੇ ਕਮਿਊਨਿਸਟਾਂ ਦੀ ਫਿਲਮ ਕੌਣ ਦੇਖੇਗਾ ਮੈਂ ਸ਼ੌਕ ਹੋ ਗਿਆ ਜੀ ਮੈਂ ਨਾ ਮੇਰੇ ਰੋਟੀ ਦੀ ਮੂੰਹ ਦੀ ਲੱਗਦੀ ਸੀ ਮੈਂ ਕਿਹਾ ਇਹਨਾਂ ਜਿੰਨੇ ਸਿੱਖ ਇਤਿਹਾਸ ਸਿੱਖ ਹੈ ਹੀ ਕੋਈ ਨਹੀਂ ਸੀ ਜਿੰਨਾ ਕਿ ਜਿਹੜੇ ਹਾਂਜੀ ਉਹਨੇ ਉਹ ਤੁਹਾਡੀ ਗੱਲ ਬਹੁਤ ਸਹੀ ਹੈ ਇਹਨਾਂ ਨੂੰ ਸੋਸ਼ਲਿਸਟ ਅਤੇ ਕਮਿਊਨਿਸਟ ਬਣਾ ਦਿੱਤਾ ਇਹਨਾਂ ਨੂੰ ਕਿੰਨੀਆਂ ਨੇ ਆਏ ਹਾਂਜੀ ਡਾਕੂ ਹਾਂਜੀ ਹਾਂ ਹਾਂਜੀ ਇੱਥੇ ਤੱਕ ਕਿ ਆਪਣੇ ਵੰਦੇ ਮਾਤਰਮ ਦੀ ਬੜਾ ਕਿਹੜੇ ਇਸ਼ੂ ਆਉਂਦਾ ਹੈ ਕਹਿੰਦੇ ਨੈਸ਼ਨਲਿਸਟਿਕ ਨਾਰਾ ਹੈ ਉਹ ਮੈਂ ਜੇ ਬਿਲਕੁਲ ਨਹੀਂ ਅਗਰੀ ਕਰਦਾ ਇਹ ਇਹਨਾਂ ਦਾ ਸੀਗਾ ਵੰਦੇ ਮਾਤਰਮ ਦਾ ਕੀ ਮਤਲਬ ਹੈ ਕਿ ਆਪਣੀ ਮੇਰੀ ਮਾਂ ਨੂੰ ਸਲਾਮ
ਮੇਰੀ ਮਾਂ ਧਰਤੀ ਨੂੰ ਸਲਾਮ, ਮੇਰੀ ਪੰਜਾਬ ਦੀ ਧਰਤੀ ਨੂੰ ਸਲਾਮ, ਹਿੰਦੁਸਤਾਨ ਦੀ ਧਰਤੀ ਨੂੰ ਸਲਾਮ। ਬਗਾਵਤ ਕਰਨਾ ਬਾਬਾ ਨਿਹਾਲ ਸਿੰਘ ਚੁੱਕੇ ਤੇ ਇੱਕ ਮੋਗੇ ਦੇ ਪ੍ਰੋਫੈਸਰ ਨੇ ਕਿਤਾਬ ਲਿਖੀ ਹੈ, ਉਹ ਮੈਨੂੰ 5-7 ਸਾਲ ਪਹਿਲਾਂ ਪੜ੍ਹਨ ਦਾ ਮੌਕਾ ਮਿਲਿਆ। ਉਹ ਕਹਿੰਦੇ ਵੀ ਉਸ ਸਮੇਂ ਦੇ ਵਿੱਚ ਬਾਬਾ ਨਿਹਾਲ ਸਿੰਘ ਦਾ 2500 ਏਕੜ ਦਾ ਸਟਾਕਟਨ ਦੇ ਵਿੱਚ ਫਾਰਮ ਸੀਗਾ, ਇੱਥੋਂ ਆਲੂ ਹੋਰ ਸਬਜ਼ੀਆਂ ਪੈਦਾ ਕਰਕੇ ਉਹ ਜਿਹੜੀ ਸਪਲਾਈ ਇੱਥੋਂ ਹੁੰਦੀ ਸੀ। ਮੇਰਾ ਕਹਿੰਦਾ ਉੱਥੇ ਬਾਅਦ ਚੋਂ ਮੇਰਾ ਬਗਾਵਤ ਹੋਇਆ ਧਰਮ ਕੋਟ ਦੇ ਨਾਲ ਤੇ ਮਤਲਬ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੱਟ ਦੇ ਥੱਲੇ ਉਹਨੇ ਘੋੜੀ ਲਾਈ ਤੇ ਪੁਲਿਸ ਨੇ ਘੇਰਾ ਪਾ ਕੇ ਉੱਥੇ ਸ਼ਹੀਦ ਹੋ ਗਿਆ। ਕਿੰਨੀਆਂ ਕੁਰਬਾਨੀਆਂ ਉਹ ਲੋਕ ਰਹਿ ਗਏ ਸਾਰਾ ਕੁਝ ਕਾਫੀ ਪੈਸੇ ਦੇ ਹੁੰਦੇ ਸੀ ਉਸ ਟਾਈਮ ਤੇ, ਇਹ ਵੀ ਸਭ ਕੁਛ ਛੱਡ ਕੇ ਚਲੇ ਗਏ ਸੀ ਵਾਪਸ। ਫਰੈਜ਼ੋ ਵਿੱਚ ਆਪਾਂ ਸੋ ਗਜ਼ਰੀ ਬਾਬਾ ਦੀ ਗੱਲ ਕਰਦੇ ਹਾਂ, ਬੜੀ ਚੰਗਾ ਕਾਂਸੈਪਟ ਆ, ਇਹਦੇ ਉੱਤੇ ਕੋਈ ਕੁਐਸਚਨ ਨਹੀਂ, ਆਹ ਸਾਰੀ ਹਿਸਟਰੀ ਆ, ਯੂ ਨੋ ਆਹ ਇਹਨਾਂ ਨੇ ਬੜਾ ਯੋਗਦਾਨ। ਹੁਣ ਜਿੰਨੇ ਸਾਰੇ ਲੋਕ ਇੱਥੇ ਬੈਠੇ ਆ, ਜੀ ਬਿਜ਼ਨਸਮੈਨ ਆ, ਮੋਸਟਲੀ ਬਿਜ਼ਨਸਮੈਨ ਬੈਠੇ ਆ, ਕਿਹੜਾ ਬੰਦਾ ਆਪਣੇ ਸਟੋਰ ਛੱਡ ਕੇ, ਆਪਣੀਆਂ ਜ਼ਮੀਨਾਂ ਛੱਡ ਕੇ, ਆਪਣੀ ਇਨਵੈਸਟਰ ਟੋਟਲ ਪ੍ਰੋਪਰਟੀਆਂ ਛੱਡ ਕੇ ਚੱਲ ਜੂਗਾ? ਹਿਸਟਰੀ ਇੱਥੇ ਜਿੱਥੇ ਕੋਰਟ ਬਣੀ ਨਾ ਆਪਣੇ ਡਾਊਨਟਾਊਨ ਦੇ ਵਿੱਚ, ਸਾਡੇ ਸਿੱਖਾਂ ਦਾ ਨਾਮ ਵੱਜਦਾ ਗੰਦੀ ਬਾਬਿਆਂ ਦਾ, ਉਹਦੀ ਹਿਸਟਰੀ ਫੋੜ ਕੇ ਦੇਖਿਓ, ਉਹ ਆਪਣੇ ਪੁਰਾਣੇ ਪੁਰਖਿਆਂ ਦੀ ਜ਼ਮੀਨ ਆ ਡਾਊਨਟਾਊਨ ਫਰੈਜ਼ੋ ਦੀ ਆ, ਉਹ ਕਿਉਂਕਿ ਉਹ ਜਦੋਂ 47 ਵਿੱਚ ਭਾਰਤ ਆਜ਼ਾਦ ਹੋਇਆ ਤਾਂ ਉਹ ਕਹਿੰਦੇ ਜੀ ਇੰਡੀਆ ਆਜ਼ਾਦ ਹੋ ਗਿਆ, ਸਾਨੂੰ ਜੀ ਬੜੇ ਹੱਕ ਮਿਲਣਗੇ, ਸਾਨੂੰ ਜੀ ਤਰੱਕੀ ਮਿਲੂਗੀ, ਤਾਂ ਉਹ ਦੇਖੋ ਸਾਰਾ ਕੁਛ ਛੱਡ ਕੇ ਉਹ ਚੱਲਿਆ। ਹੁਣ ਦੱਸ ਉਹਦਾ ਦੇਣਾ ਆਪਾਂ ਕਿੱਥੋਂ ਯਾਰ ਦੇ ਸਕਦੇ ਐਡੀਆਂ, ਅਗਰ ਅੱਜ ਉਹਦੀਆਂ ਪੀੜ੍ਹੀਆਂ ਜਿਹੀਆਂ ਹੁੰਦੀਆਂ ਨਾ ਬਹੁਤ ਹੀ ਸਤਿਕਾਰ ਨਾਲ ਮੈਂ ਇੰਡੋ ਅਮਰੀਕਨ ਹੈਰੀਟੇਜ ਅਤੇ ਬਾਕੀ ਦੇ ਜਿੰਨੇ ਵੀ ਮੈਂਬਰਾਂ ਇੱਥੇ ਆਏ ਹੋਏ ਨੇ, ਮੈਂ ਬਹੁਤ ਹੀ ਸਤਿਕਾਰ ਅਦਬ ਅਤੇ ਪਿਆਰ ਨਾਲ ਮੈਂ ਫਤਿਹ ਅਰਜ਼ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਜਿਹੜੀ ਮੈਂ ਸਾਰੀਆਂ ਗੱਲਾਂ ਤੋਂ ਪਹਿਲੀ ਕਹਿਣੀ ਚਾਹੁੰਦਾ ਉਹ ਇਹ ਹੈ ਵੀ ਇਹ ਫਤਿਹ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਹੈ। ਦੁਨੀਆਂ 'ਚ ਹਰ ਚੀਜ਼ 'ਤੇ ਟੈਕਸ ਹੈ ਪਰ ਇਹਦੇ 'ਤੇ ਕੋਈ ਟੈਕਸ ਨਹੀਂ ਹੈ, ਇਸ ਕਰਕੇ ਕੰਜੂਸੀ ਨਾ ਵਰਤਿਆ ਕਰੋ। ਦਿਨ ਭਰ ਅਸੀਂ ਕੰਮ ਕਰਦੇ ਹਾਂ, ਥੱਕ ਹਾਰ ਕੇ ਸੌ ਜਾਂਦੇ ਹਾਂ, ਸਵੇਰੇ ਉੱਠ ਕੇ ਫਿਰ ਆਪਣੀ ਡਿਊਟੀ 'ਤੇ ਚਲੇ ਜਾਂਦੇ ਹਾਂ, ਕਈ ਵਾਰੀ ਪਰਮਾਤਮਾ ਦਾ ਨਾਂ ਨਹੀਂ ਲਿਆ ਜਾਂਦਾ, ਪਰ ਜਦੋਂ ਕੋਈ ਫਤਿਹ ਬੁਲਾਉਂਦਾ ਜੇ ਅਸੀਂ ਜਵਾਬ ਦੇਈਏ ਤਾਂ ਦੋ ਵਾਰੀ ਮੂੰਹ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲਦਾ, ਜਿਹਦੇ ਨਾਲ ਜ਼ਬਾਨ ਵੀ ਸ਼ੁੱਧ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ ਅਤੇ ਆਤਮਾ ਵੀ ਸ਼ੁੱਧ ਹੋ ਜਾਂਦੀ ਹੈ। ਇਸ ਕਰਕੇ ਕੰਜੂਸੀ ਦਾ ਵਰਤੋਂ ਮੈਂ ਦੁਬਾਰਾ ਕਹਿੰਦਾ, ਵਾਹਿਗੁਰੂ ਜੀ ਕਾ ਖਾਲਸਾ। ਇਹ ਪੰਜਾਬੀਆਂ ਦੀ ਪਛਾਣ ਹੈ, ਜਿੱਥੇ ਪੱਗ ਪਛਾਣ ਹੈ ਉੱਥੇ ਫਤਿਹ ਦੀ ਪਛਾਣ ਹੈ, ਔਰ ਜਿਹਦੀ ਜ਼ਬਾਨ 'ਤੇ ਫਤਿਹ ਉਹਦੀ ਜਹਾਨ 'ਤੇ ਫਤਿਹ, ਐਸਾ ਸਿਆਣੇ ਲੋਕ ਕਹਿੰਦੇ। ਕਵਿਰਾਜ ਜੀ, ਅਮੀਤ ਜੀ, ਮੈਂ ਆਪ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਫਿਲਮਾਂ ਬਣ ਗਈਆਂ ਨੇ, ਪੰਜਾਬੀ ਫਿਲਮਾਂ ਖਾਸ ਤੌਰ 'ਤੇ, ਉਹ ਹੈ ਤਾਂ ਸਾਡਾ ਹੀ ਇਤਿਹਾਸ, ਕੋਈ ਹੀਰ ਰਾਂਝੇ ਦੀ ਬਣ ਗਈ, ਕੋਈ ਮਿਰਜ਼ੇ ਸਾਹਿਬਾਂ ਦੀ ਬਣ ਗਈ, ਕੋਈ ਸੋਹਣੀ ਮਹੀਵਾਲ ਦੀ ਬਣ ਗਈ, ਪਰ ਇਹ ਜੋ ਇਤਿਹਾਸ ਹੈ ਰਹਿੰਦੀ ਦੁਨੀਆ ਤੱਕ ਜੀਣ ਵਾਲਾ ਇਤਿਹਾਸ, ਠੀਕ ਹੈ ਉਹ ਆਸ਼ਕ ਲੋਕ ਹੋਏ ਨੇ, ਉਹਨਾਂ ਦੀਆਂ ਕਹਾਣੀਆਂ ਵੀ ਲੋਕ ਸੁਣੇਗੇ, ਪਰ ਹੁਣ ਉਹ ਟਾਈਮ ਰਹਿ ਨਹੀਂ ਗਿਆ, ਹੁਣ ਵਕਤ ਹੋਰ ਹੋ ਗਿਆ, ਨਵੀਂ ਜਨਰੇਸ਼ਨ ਪੜ੍ਹ ਲਿਖ ਗਈ ਹੈ, ਉਹ ਬਹੁਤਾ ਧਿਆਨ ਨਹੀਂ ਦਿੰਦੇ ਵੀ ਮਿਰਜ਼ੇ ਨੇ ਕੀ ਕੀਤਾ, ਹੀਰ ਕੀ ਕਰਦੀ ਸੀ। ਇਹ ਜਿਹੜੀਆਂ ਗੱਲਾਂ ਤੁਸੀਂ ਅੱਜ ਸਕਰੀਨ 'ਤੇ ਵੱਡੀ ਸਕਰੀਨ 'ਤੇ ਲਿਆ ਕੇ ਜਾਗਰਤੀ ਪੈਦਾ ਕਰ ਰਹੇ ਹੋ ਬੱਚਿਆਂ ਦੇ ਵਿੱਚ, ਤੁਹਾਡਾ ਬਹੁਤ ਬਹੁਤ ਧੰਨਵਾਦ।
और मैं परमात्मा की अरदास करना तुहानू होर बल बख्शे होर ताकत देवे ताकि इस किस्म का जो इतिहास है साडा सुनहरी उन्हें तुम जिंदा रख सको। मैं इतने बतौर मैंबर पार्लीमेंट नहीं आया, मैनू परमिंदर अवजला जी ने जो दसिया एक सराबा फिल्म बनी है उत्थे डायरैक्टर साहब भी आए हुए हैं तो असिस्टेंट डायरैक्टर भी है तो अपने पंजाबी भाईचारा भी होगा तो जो पता लगे मी तो उन्होंने भी मैं इतने आया हुआ उन्होंने इन्होंने कहा अवजला साहब न भी जो सदीक इतने आया हुआ तो उन्होंने बुला लो। मेरा भी फिल्मों के नाल तलक रहा, मैं भी 5-7 पंजाबी फिल्मों काम किया। फिल्म बनानी बहुत मुश्किल होती है, बहुत मुश्किल। अच्छा जो असी कोशिश करिए बन भी जाए तो रिलीज करनी बहुत मुश्किल है। मैं याद है असी एक फिल्म बनाई सी शहदा जोगन, उन्होंने रिलीज करने वास्ते मोढ़िया के उत्ते मैं समझदा अटल पै गए थे जो असी वो ट्रंक चक के लेके जाते किसी सिनेमे वाले दिखाने वास्ते तो फिल्म बिक नहीं सी रही। पर चलो कुछ दूर दूर ला के वादा घाटा करके फिल्म बिक गई। उस तो मगरों मैं मेरे मित्र ने यह गल दसी क्योंकि वह पहला फिल्मों के कम करता सने मैंने यह गल कही कहना सदीक जी फिल्म बनानी आसान है लेकिन ये रिलीज़ करनी बहुत मुश्किल है। मैं परमात्मा की अरदास करदा जिते तुसी बहुत ही कोशिश के नाल एक इतिहासक फिल्म बनाई है, इतिहास में योदा रखने वास्ते फिल्म बनाई है तो हुण तुसी इहनू रिलीज़ करन जा रहे हो। 3 नवंबर का दिन है, परमात्मा मेहरबानी करे और तुहानू इन्नी तौफीक बख्शे हो भी तुसी अगली बारी होर भी इतिहासक फिल्मां बना के पंजाब की जिहड़ी नवी जनरेशन है उहदे विच जागृति लियाओ अते पंजाब नूं जिउंदा रखण वास्ते साडा इतिहास जिहड़े लोग पिछोकड़ नूं भुल जांदे ने उहनां दा इतिहास भी मिट जांदा। बड़ी कोशिश कीती है लोकां ने पंजाब दे इतिहास मिटाउण दी पर पंजाब गुरुआं पीरां फकीरां संतां महात्मा ऋषियां मुनियां दी धरती है, इहदा इतिहास मिट नहीं सकदा। इह तां मन्नो साडी दात्री असीं मंदू दे सोए जो जो सानू मनू कटदा असी दूने चौने होए पंजाबियों ते जिन्ने जुल्म होए ने ये दूने चौने हो के इन्होंने आज़ादी वास्ते लड़ाई लड़िया ने शहीदियां प्राप्त कीतियां ने। तो मैं समझदा तुसी बधाई दे पात्र हो जिहड़े ऐसे सब्जेक्ट नूं लैके फिल्म बनाई है। अदरवाइज जिहड़ियां फिल्मां बनदियां ने इश्क मुहब्बत दियां लड़ाई पढ़ाई दियां जां फिर हासे मखौल दियां जिहनां नूं लोकी कहिंदे ने वी इह इंटरटेनमेंट है, मैं समझदा इंटरटेनमेंट भी बहुत जरूरी है पर इन्होंने जिन्हें दसिया भी ये संगीत भी बहुत अच्छा है, गीत भी बहुत अच्छे ने और इतिहासिक कहानी है। कहानी सानू जोड़ के रखूगी उस कहानी के नाल जिहड़ी करतार सिंह सराभा। मैं जो पहली बार इत्थे आया मैनू याद है चंगी तरह भी मैं उस गुरुद्वारा साहब गया सीगा जिथे ये प्रेस लगी हुई थी, मैं रात के 9 बज गए थे, मैं लभदे लभदे मैं कहा भी यार मैं उत्थे जाके आना मैं देखना है। मैं शहीदी बाबा गदरी बाबे के मेले पर आया सी अपने कनेडा के मेरी सिस्टर ने कहा वीर तू आया हुआ मैं तेन टिकट भेज दी तू इतने आ जा। तो चलो मैं वीज़ा मंगया कुदरती गल मैं वीज़ा लग गया, हालांकि जो कोई इंडिया तो बाहर जाता उन्होंने वीज़ा लगता नहीं है पर मैं लग गया। तो आके मैं पहला वो पवित्र स्थान देखी जिते बाबा सोहन सिंह जी फकना लाला हरदयाल जी और होर सारे लोगों ने एक मिथ तय की असी आज़ादी लैनी है और जिमें अंग्रेज़ साढ़े मगर पै के साथ कले तो कले बंद फड़ के कुटते ने मारते ने या डिमोरलाइज करते हैं असी भी इवें तिवें करांगे। उन्होंने ये सारिया गल्लां देख के एक ऐसा बीड़ा चक्या अज असी आज़ाद हैं और कम से कम जो होर कुछ नहीं तो इतने साढ़िया जायदादा भी है, इतने साढ़े बच्चे पढ़ते भी ने, इतने साढ़े वकील भी ने, इतने मैं तो देख रहा भी हुकूमत के भी साडा इतने हिस्सा हैगा। ये उन्हों की देन है, उन्हें शहीदों की देन है करतार सिंह सराभे का जिस तक तलक है। इन्नी छोटी उम्र के असी जो साहब श्री गुरु गोबिंद सिंह जी महाराज जी के बच्चों की गल करते हैं उदो ये गल होंगी है भी छोटी उम्र च वड्डिया पलांगा तो वड्डे कारे ने तो इवें जिमें करतार सिंह सराभा की भी मैं यही गल कहांगा भी छोटी उम्र के एडा वड्डा मतलब लै लेना फैसला लै लेना भाई यार
जिंदगी ठीक है। हालांकि उन्होंने पता सी भी ये आजादी असी नहीं माननी, सारा मुल्क मानूंगा। उसके बावजूद उन्होंने कुर्बानियां दीतियां। मैं तुम्हें बधाई देना, तुम बधाई दे पात्र हो, बड़ी मेहरबानी, बहुत बहुत शुक्रिया। हमने हमने जो कौजल साहब ने गल कही थी, मैं जरूर अगे कोशिश करूंगा मैं गल कर, पर गल यह है अज तक सरदार भगत सिंह की फोटो नहीं लाने दे रहे, शहीद बनने वास्ते तैयार नहीं होगी। की करिए, साड़ी कुछ साड़ियाँ मजबूरिया ने और असी तो सब कुछ करने तैयार हैं, पर साढ़े मूहे रोड़े बहुत ने, अड़के बहुत ने। पर मैं तुम्हें हुक्म लाया कि मैं जरूर यह गल करा और मैं आप जी ने भी कहाँगा इस फिल्म बढ़ चढ़ के देखो, ताकि इस फिल्म जो देखा तो कुछ ना कुछ प्रोड्यूसर को डायरेक्टर को पहुँचूगा और अगली बारी इस तो भी वधिया फिल्म इस तो इतिहासक फिल्म बना के दिखाएंगे। मैं कुछ ज़्यादा बोल गया, जो कोई लफ्ज़ गलत निकल गया हो वास्ते माफी चाहना। बहुत बहुत मेहरबानी, बहुत बहुत धन्यवाद। वाहिगुरु जी का खालसा, वाहिगुरु जी की फतेह। ਸੁਨੀਲ ਭਾਅ ਜੀ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਸੋਹਣਾ ਬੋਲੇ, ਬਹੁਤ ਸੋਹਣਾ, ਬਹੁਤ ਚੰਗ ਕੀਤਾ, ਬਹੁਤ ਧੰਨਵਾਦ। ਅਤੇ ਇੱਕ ਭਾਅ ਜੀ ਨੇ ਗੱਲ ਕੀਤੀ ਕਿ ਸਾਡਾ ਇਤਿਹਾਸ ਆ, ਅਗਰ ਇਸ ਨੂੰ ਭੁੱਲ ਨਹੀਂ ਦੇਣਾ, ਅਤੇ ਬਹੁਤ ਸਹੀ ਗੱਲ ਰਿਹਾ ਹੈ। ਕਿਉਂ ਨਹੀਂ ਭੁੱਲ ਲੈਣਾ ਕਿ ਤੁਸੀਂ ਨਹੀਂ ਭੁੱਲ ਲੈਣਾ ਇਹਨੂੰ, ਕਿ ਫਿਲਮ ਆ ਰਹੀ ਅਤੇ ਨਵੰਬਰ ਨੂੰ ਤੁਹਾਡੀ ਫਿਲਮ ਹੈ, ਅਤੇ ਤੁਸੀਂ ਤੁਹਾਡੀ ਤੁਹਾਡੀ ਚੋਰੀ 'ਚ ਪਾਤੀ ਸਰ ਮਾਂ ਕੇ ਮਾਂ, ਬਾਕੀ ਤੁਹਾਡੇ ਦੇ ਸਭ ਕੁਛ ਆਲਮ ਫਾਜ਼ਲ ਹੈ ਜਿਹੜੇ ਬਹੁਤ ਮਰਤਬਾ ਵੱਡਾ ਉਹ ਬੋਲ ਕੇ ਗਏ, ਅਤੇ ਮੇਰੀ ਤੌਕਾਤ ਹੀ ਨਹੀਂ ਉਹਨਾਂ ਦੇ ਸਾਹਮਣੇ ਬੋਲਾਂ। ਅਤੇ ਦੂਜੇ ਪਾਸੇ ਮੈਂ ਸਲਾਮ ਕਰਦਾ ਕਵੀਰਾਜ ਜੀ ਨੂੰ। ਉਹ ਇੱਕ ਸ਼ਾਇਰ ਨੇ ਲਿਖਿਆ, ਜਿੱਥੇ ਨਾ ਪਹੁੰਚਿਆ ਰਵੀ ਉੱਥੇ ਪਹੁੰਚ ਕੇ ਕਵੀ, ਠੀਕ ਹੈ ਕਿ ਨਹੀਂ ਜੀ? ਅਤੇ ਸ਼ਾਇਰਾਂ, ਅਦੀਬਾਂ, ਆਲਮ ਫਾਜ਼ਲ ਸ਼ਖਸੀਅਤਾਂ ਦੇ ਸਨਮੁੱਖ ਬੋਲਣਾ ਕੋਈ ਨਿੱਕੀ ਗੱਲ ਨਹੀਂ ਹੁੰਦੀ, ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਸਾਰੇ ਤੁਸੀਂ ਬਹੁਤ ਸਰੋਤੇ ਸੂਝਵਾਨ ਉਰੇ ਬੈਠੇ ਹੋ। ਮੈਂ ਮੁਬਾਰਕਬਾਦ ਦਿੰਦਾ ਕਿ ਦੇਖੋ ਇਤਿਹਾਸਕ ਜਿਹੜੇ ਇਹਦਾ ਪਹਿਲੂ ਆ ਸਾਡੇ, ਆਪਾਂ ਸਾਰਿਆਂ ਨੇ ਪਹਿਲਾਂ ਡਿਸਕਸ ਕੀਤੇ ਆ, ਇਸ ਮੂਵਮੈਂਟ ਦੇ ਬਹੁਤ ਵੱਡੇ ਨਤੀਜੇ, ਇਕੱਲਾ ਇਹ ਨਹੀਂ ਕਿ ਆਜ਼ਾਦੀ ਦਵਾਈ, ਹੋਰ ਵੀ ਦੁਨੀਆਂ ਦੇ ਸੰਸਾਰ ਪੱਧਰ 'ਤੇ ਜਦੋਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਲੋਕਾਂ ਦੇ ਵਿੱਚ, ਦੁਨੀਆਂ 'ਚ ਕੀ ਗਲਤ ਹੈ, ਕੀ ਠੀਕ ਹੈ, ਅਤੇ ਗਲਤ ਨੂੰ ਕਿਵੇਂ ਠੀਕ ਕਰਨਾ। ਅਤੇ ਜਿਵੇਂ ਮਹਾਰਾਜ ਕਹਿੰਦੇ ਆ, ਜੇ ਕੋਈ ਬੋਲੇ ਸੱਚ ਕੂੜਾ ਜਲ ਜਾਈ, ਮਹਾਰਾਜ ਕਹਿੰਦੇ ਜੇ ਕੋਈ ਸੱਚ ਬੋਲਦਾ ਨਾ, ਗੁਰੂ ਸਾਹਿਬ ਕਹਿੰਦੇ ਤਾਂ ਕੂੜ ਨੂੰ ਅੱਗ ਲੱਗ ਜਾਂਦੀ ਹੈ। ਉਹ ਸੱਚ ਬੋਲਣ ਦੀ ਜ਼ਰੂਰਤ ਜਿਹੜੀ ਹੈ, ਉਹ ਗਦਰ ਲਹਿਰ ਤੋਂ ਪ੍ਰੇਰਨਾ ਲੈ ਕੇ ਇਹ ਲੋਕਾਂ 'ਤੇ ਕੱਲ ਜਾ ਰਹੇ ਨੇ। ਮੁਬਾਰਕਬਾਦ ਦਿੰਦਾ, ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਜਿਹੜੇ ਇੱਥੇ ਬੱਚੇ ਪੈਦਾ ਹੋਏ ਨੇ, ਆਪਣੇ ਪੋਤੇ ਆ, ਦੋਹਤੇ ਆ, ਪੋਤੇ ਪੋਤੀਆਂ, ਸਤਿਗੁਰੂ ਗੁਰਬਾਣੀ 'ਚ ਫਰਮਾਨ ਕਰਦੇ ਨੇ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਬਜ਼ੁਰਗਾਂ ਦੇ ਵਿਰਸੇ ਨੂੰ ਦੂਜੀ ਤੀਜੀ ਪੀੜ੍ਹੀ ਤੱਕ, ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਤੱਕ ਲੈ ਕੇ ਜਾਣਾ ਕਿਸੇ ਵਿਰਲੇ ਦੇ ਹਿੱਸੇ ਆਉਂਦਾ। ਆਪਣੇ ਕੋਲ ਗੋਲਡਨ ਚਾਂਸ ਹੈ ਵੀ ਸਿਨੇਮਾ ਘਰਾਂ ਦੇ ਵਿੱਚ ਲਿਜਾ ਕੇ ਬੱਚਿਆਂ ਨੂੰ ਦਿਖਾਈਏ, ਫਿਰ ਆਪਾਂ ਨੂੰ ਸਵਾਲ ਕਰਨਗੇ ਬੱਚੇ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੇ ਆ। ਨਿੱਜੀ ਗੱਲ ਕਰਨੀ ਚਾਹੀਦੀ, ਮੈਂ ਤੁਹਾਨੂੰ ਸਧਾਰਨ ਦੀ ਗੱਲ ਕਰਦਾ। ਮੇਰੀ ਪੋਤੀ ਹੁਣ ਤਾਂ 10 ਸਾਲ ਦੀ ਹੋਊ, ਕਈ ਮੇਰੇ ਹੋ ਗਏ ਅਤੇ ਉੱਥੇ ਪਿੰਡੋਂ ਫੋਨ ਆ ਗਿਆ, ਸਦੀਕ ਜੀ ਮੇਰੇ, ਮੈਂ ਉਹਨਾਂ ਦਾ ਇਸਤਕਬਾਲ ਕਰਦਾ, ਮੇਰੇ ਹਲਕੇ ਦੇ ਪਾਰਲੀਮੈਂਟ ਮੈਂਬਰ ਹੈ ਫਰੀਦਕੋਟ ਤੋਂ, ਮੇਰਾ ਪਿੰਡ ਸਮਾਧ ਭਾਈ ਹੈ ਮੋਗੇ ਜ਼ਿਲ੍ਹੇ ਦੇ ਵਿੱਚ, ਔਰ ਬਜ਼ੁਰਗ ਸਾਡੇ ਵੀ ਰਾਜਨੀਤੀ ਦੇ ਵਿੱਚ, ਮੇਰੇ ਪਿੰਡ ਵੀ ਗਏ ਸੀ ਇੱਕ ਵਾਰ ਪੈਲਸ 'ਚ, ਉੱਥੇ ਮੈਂ ਇਹਨਾਂ ਦਾ ਧੰਨਵਾਦ ਕਰਦਾ। ਪਰ ਉਹ ਕਹਿੰਦੇ ਨਾ ਜੀ ਪਿੰਡੋਂ ਫੋਨ ਆ ਗਿਆ, ਕਹਿੰਦੇ ਮੇਰੀ ਪੋਤੀ ਸਪੀਕਰ 'ਤੇ ਫੋਨ ਸੀ, ਉਹ ਕਹਿੰਦਾ ਜੀ ਫਲਾਣੇ, ਮੇਰਾ ਭਤੀਜਾ ਕਹਿੰਦਾ ਫਲਾਣਾ ਨਾ ਕੱਸੀ ਦੀ ਵਾਰੀ ਪਿੱਛੇ ਜੁੰਡੋ ਜੁੰਡੀ ਹੋ ਗਏ। ਉਹ ਮੇਰੀ ਪੋਤੀ ਇੱਥੋਂ ਦੇ ਬੱਚੇ ਬੋਲ ਰਹੇ ਜੀ ਪਾਪ, ਮੈਨੂੰ ਕਹਿੰਦੀ ਦਾਦਾ ਜੀ ਮਤਲਬ ਜੁੰਡੇ ਕੀ ਹੁੰਦੇ ਆ, ਉਹ ਮੈਂ ਕਿਹਾ ਵਾਲਾਂ ਨੂੰ ਕਹਿੰਦੇ ਆ। ਇੱਕ ਮੇਰਾ ਅਣਖੀ ਸਾਹਿਬ ਸਰਦਾਰ ਹਰਜਿੰਦਰ ਸਿੰਘ ਦੇ ਡੈਡੀ, ਜਿਨ੍ਹਾਂ ਨੇ ਗਦਰ ਬਾਬਿਆਂ ਦੇ ਮੇਲੇ ਅਸੀਂ ਸ਼ੁਰੂ ਕਰਾਏ ਆ, ਸਵਰਗੀ ਆ ਸਰਦਾਰ ਗੁਰਦੀਪ ਸਿੰਘ ਜੀ ਅਣਖੀ ਸਾਡੇ ਸਰਕਾਰੀ ਬਜ਼ੁਰਗ, ਇਹ ਸਾਡੇ ਘਰ ਅਕਸਰ ਹੀ ਮਿਲਣ ਆ ਜਾਂਦੇ ਸੀ। ਅਤੇ ਮੇਰੀ ਵਾਈਫ ਉਹਨਾਂ ਪੋਤੀ ਦਾ ਸਰ ਵਾਹੀ ਜਾਵੇ ਅਤੇ ਕੋਈ ਗੁੰਜਲੀ ਆ ਗਈ, ਉਹਨੂੰ ਅਣਖੀ ਸਾਹਿਬ ਘਰੇ ਆ ਕੇ, ਉਹ ਜਿਹਨਾਂ ਨੇ ਮਾਰਿਆ ਹਜੋਕ ਕੰਘੇ ਨਾ ਕਿਤੇ, ਅਤੇ ਉਹ ਰੋਣ ਲੱਗ ਗਈ। ਇਹ ਅਣਖੀ ਸਾਹਿਬ ਕਹਿੰਦੇ ਪੁੱਤ ਰੋਈ ਜਾਂਦਾ, ਕਹਿੰਦੀ ਦਾਦੀ ਨੇ ਮੇਰੇ ਜੁੰਡੇ ਪੱਟ ਤੇ। ਮੇਰਾ ਕਹਿਣ ਦਾ ਇੱਕ ਛੋਟੀ ਜਿਹੀ ਗੱਲ ਹੈ ਕਿ ਮੈਂ ਆਪਦੀ ਨਿੱਜੀ ਗੱਲ ਨਹੀਂ ਸੁਣਾਉਣਾ, ਅਤੇ ਜਦੋਂ ਇਹ ਪਰਦੇ 'ਤੇ ਦੇਖਣਗੇ ਸਾਡੇ ਬੱਚੇ, ਦੇਖੋ ਇਹ ਨਵਾਂ ਇਤਿਹਾਸ ਦੇ ਨਾਲ ਹੀ ਗੱਲ ਹੈ ਕਿ ਅਸੀਂ ਇਹ ਨਹੀਂ ਵੀ ਉਹਨਾਂ ਨੂੰ ਪੰਜਾਬ, ਅਸੀਂ ਸਮਝ ਲਓ ਪੰਜਾਬ ਹਰ ਸਾਲ ਨਹੀਂ ਜਾ ਸਕਦੇ, ਪਰ ਜੇ ਇਹ ਸਿਨੇਮਾ 'ਚ ਲਿਜਾ ਕੇ ਦਿਖਾਵਾਂਗੇ ਅਤੇ ਪੰਜਾਬ ਸਾਡੇ ਘਰ ਘਰ ਆ ਜਾਊਗਾ, ਠੀਕ ਹੈ ਜੀ? ਇਹ ਸਾਡਾ ਅਖਲਾਕੀ ਫਰਜ਼ ਬਣਦਾ, ਇਕੱਲਾ ਵਪਾਰਕ ਪੱਖ ਇੱਕ ਵੱਖਰੀ ਗੱਲ ਹੈ, ਸਾਡਾ ਅਖਲਾਕੀ ਫਰਜ਼ ਬਣਦਾ। ਅਤੇ ਨਹੀਂ ਤਾਂ ਫਿਰ ਗੁਰਬਾਣੀ ਕਹਿੰਦੀ ਜੇ ਸਾਡੀ ਜ਼ਿੰਦਗੀ ਦਾ ਮਨੋਰਥ ਨਹੀਂ ਕੋਈ, ਰਹਿਣ ਗਵਾਈ ਸੋ ਕੇ ਦਿਸ ਗਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਪਏ।
ਇਹ ਧਨ ਪਦਾਰਥ ਨੂੰ ਲੱਤ ਮਾਰ ਕੇ ਬਾਬੇ ਉਸ ਗਏ ਤੇ ਅਸੀਂ ਉਹਨਾਂ ਦੀ ਜੇ ਫਿਲਮ ਨਹੀਂ ਦੇਖਣ ਜਾ ਸਕਦੇ ਰਿਸ਼ਰਾਬੇ ਵਰਗਿਆਂ ਦੀ ਫਿਰ ਤਾਂ ਮੈਂ ਸਮਝਦੀ ਸਭ ਤੋਂ ਕਮਜ਼ੋਰ ਕੋਈ ਨਹੀਂ ਹੈਗਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਸ ਮੂਵਮੈਂਟ ਨੂੰ ਇਹ ਜ਼ਿੰਦਾ ਰੱਖਣ ਵਾਸਤੇ ਹੋਰ ਨਾ ਲਿਜਾਣ ਵਾਸਤੇ ਚੇਤਨਾ ਫੈਲਾਉਣ ਵਾਸਤੇ ਮਨੁੱਖ ਦੇ ਜੀਵਨ 'ਚ ਚੇਤਨਾ ਹੀ ਜੇ ਚੇਤਨਾ ਤਾਂ ਸਾਰਾ ਕੁਛ ਹੈ ਸੂਰਜ ਚੜ੍ਹਦਾ ਬੜੀ ਆਸ ਨਾ ਹੁੰਦਾ ਅਤੇ ਜਦੋਂ ਛਿਪਦਾ ਉਦੋਂ ਵੀ ਯੁੱਗ ਨੂੰ ਇਸ ਕਰਕੇ ਉਹ ਜਿਹੜੇ ਹੈਗੇ ਆ ਤਿਤਲੀਆਂ ਯੁੱਗ ਨੂੰ ਅਤੇ ਕੱਲ੍ਹ ਨੂੰ ਸੂਰਜ ਫਿਰ ਚੜੂਗਾ ਆਸ ਨੂੰ ਇਸ ਆਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਸਮਾਗਮ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਆਸ ਕਰਦਾ ਕਿ ਸਾਰੇ ਭਰਮੀ ਸ਼ਮੂਲੀਅਤ ਆਉਣ ਵਾਲੇ ਸਮੇਂ 'ਚ ਕਰਨਗੇ ਅਤੇ ਸਾਰੀ ਟੀਮ ਦਾ ਮੈਂ ਇਸਤਕਬਾਲ ਕਰਦਾ ਜਿਹਨਾਂ ਨੇ ਉਦੋਂ ਉਪਰਾਲਾ ਕੀਤਾ ਸਦੀਕ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਸੋ ਬੋਲਦੇ ਆ ਬੇਸ਼ੁਮਾਰ ਗਲਤੀਆਂ ਹੋ ਗਈਆਂ ਹਨ ਆਪ ਸਾਰੇ ਬਖਸ਼ਣ ਵਾਲੋ ਜੇ ਬਖਸ਼ ਦਿਓ ਤਾਂ ਪਿਆਰ ਨਾ ਆਖੋ ਵਾਹਿਗੁਰੂ ਜੀ ਕਾ ਖਾਲਸਾ।